ਪਵਨ ਮਲਹੋਤਰਾ ਸਰ ਐਂਡ ਸਪੀਡ ਰੈਕਰਸ ਤੋਂ ਸੋਨੂ ਭਾਅ ਜੀ ਐਂਡ ਡੈਵੀ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਗੱਲਾਂ ਬਾਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ, ਕਿਉਂਕਿ ਟਾਈਮ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਿਆ। ਅਤੇ ਇੱਕ ਵਾਰੀ ਫਿਰ ਸਾਡੀ ਸਟਾਰਕਾਸਟ ਵੱਲੋਂ, ਸਾਡੀ ਟੀਮ ਵੱਲੋਂ, MDN ਜੋ ਸਾਡੀ ਸਾਰੀ ਟੀਮ ਇੱਥੇ ਮੌਜੂਦ ਹੈ ਜੀ। ਅਤੇ ਅੰਮ੍ਰਿਤਪਾਲ ਸਰ, ਯੂ ਹੈਵ ਸਰ ਬਣਦਾ ਸਰ ਤੁਹਾਡਾ, ਕਿਉਂਕਿ ਇੱਕ ਵਾਰ ਜ਼ੋਰਦਾਰ ਦਾੜੀ ਇਹਨਾਂ ਲਈ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸਾਡੀ ਮੈਡਲ ਟੀਮ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਫਿਲਮਾਂ ਸਰ ਨੇ PR ਕੀਤੀਆਂ ਨੇ, ਪ੍ਰਮੋਸ਼ਨਸ ਕੀਤੀਆਂ ਨੇ। ਅਤੇ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਅਤੇ ਸ਼ੁਰੂਆਤ ਮੈਂ ਕਰੂੰਗਾ ਪਹਿਲਾਂ ਪ੍ਰੋਡਿਊਸਰਸ ਤੋਂ, ਕਿਉਂਕਿ ਜੇ ਪੈਸਾ ਲੱਗਦਾ ਤਾਂ ਪ੍ਰੋਡਿਊਸਰ ਦਾ ਹੱਕ ਬਣਦਾ, ਪਹਿਲਾਂ ਬੋਲਣ ਦਾ ਵੀ ਹੱਕ ਉਹਨਾਂ ਦਾ ਬਣਦਾ। ਹਾਂਜੀ, ਅਤੇ ਥਿਨ ਮੋਸ਼ਨ ਜਿਨ੍ਹਾਂ ਨੇ ਬਹੁਤ ਵੱਡੀਆਂ ਬਲੋਕਬਸਟਰ ਫਿਲਮ ਦਿੱਤੀਆਂ ਨੇ, ਮੈਨੂੰ ਨਾਮ ਦੱਸਣ ਦੀ ਲੋੜ ਨਹੀਂ ਹੈਗੀ। ਤਾਂ ਆਪਾਂ ਸ਼ੁਰੂਆਤ ਸ਼ਮੀ ਸਰ ਤੋਂ ਕਰਦੇ ਹਾਂ, ਮਾਈਕ ਦਿਓ। ਹਾਂਜੀ, ਗੁੱਡ ਆਫਟਰਨੂਨ ਜੀ ਸਭ ਨੂੰ। ਅਤੇ ਮੂਵੀ 'ਤੇ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਜੀ, ਇਸ 'ਤੇ ਐਕਸ਼ਨ ਮੂਵੀ ਹੈ ਜੀ ਫੁੱਲ ਫਲੈਜ, ਅਤੇ ਟ੍ਰੈਂਡ ਸਾਹਿਬ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਦਿਨ ਰਾਤ ਲੱਗ ਕੇ, ਅਤੇ ਬਹੁਤ ਵਧੀਆ ਪ੍ਰੋਡਕਟ ਬਣ ਕੇ ਆਇਆ ਜੀ ਇਹ। ਅਤੇ ਆਪਾਂ ਸਾਰੇ ਮੇਰੇ ਖਿਆਲ 'ਚ ਅਕਤੂਬਰ 'ਚ ਮਿਲੇ ਸੀਗੇ ਪੋਸਟਰ ਰਿਲੀਜ਼ 'ਤੇ, ਅਤੇ 6 ਮਹੀਨੇ ਹੋਈ ਹੈ ਹੁਣ। ਅਤੇ ਬਸ ਹੁਣ ਇਹੀ ਹੈ ਕਿ ਥੀਏਟਰਾਂ 'ਚ ਜਾ ਕੇ ਮੂਵੀ ਦੇਖੋ, ਅਤੇ ਪ੍ਰੋਡਕਟ ਬਹੁਤ ਵਧੀਆ ਬਣਿਆ ਜੀ। ਜੋ ਵੀ ਮੀਡੀਆ ਤੋਂ ਕੁਝ ਪੁੱਛਣਾ ਚਾਹੁੰਦਾ ਹੋਵੇ ਪਹਿਲੇ ਉਹਨਾਂ ਨੂੰ ਬੋਲਣ ਦਿਓ, ਫਿਰ ਪੁੱਛੋ। ਹਾਂਜੀ, ਸ਼ੋਰ। ਮੈਂ ਕਿਹਾ ਜੀ ਮਿਹਨਤ 'ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਮੂਵੀ 'ਤੇ, ਐਕਸ਼ਨ ਮੂਵੀ ਹੈ ਫੁੱਲ ਫਲੈਜ, ਅਤੇ ਆਪਾਂ ਅਕਤੂਬਰ 'ਚ ਮਿਲੇ ਸੀਗੇ ਜਦੋਂ ਆਪਾਂ ਪੋਸਟਰ ਰਿਲੀਜ਼ ਕੀਤਾ ਸੀ, ਹੁਣ ਮੇਰੇ ਖਿਆਲ ਦੇਖ ਲਓ 8 ਮਹੀਨੇ ਹੋ ਗਏ ਹੈ ਆਪਾਂ ਨੂੰ। ਅਤੇ ਹੁਣ ਥੀਏਟਰਾਂ 'ਚ ਜਾ ਕੇ ਮੂਵੀ ਦੇਖਣੀ ਹੈ ਜੀ ਸਾਰਿਆਂ ਨੇ, ਅਤੇ ਐਂਟਰਟੇਨ ਹੋਣਾ। ਜੈ ਭਾਅ ਜੀ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਮੂਵੀ 'ਤੇ, ਐਕਸ਼ਨ ਲਈ ਮਤਲਬ ਦਿਲ ਜਾਨ ਇਹਨਾਂ ਨੇ ਦਿੱਤਾ ਜੀ ਇਸ ਮੂਵੀ ਨੂੰ। ਅਤੇ ਬਾਕੀ ਸਾਰੇ ਟੀਮ ਸਾਰੀ ਬਹੁਤ ਵਧੀਆ ਸੀਗੀ ਜੀ, ਪਰਮਾਤਮਾ ਚਲੋ ਦੇਖੋ ਹੁਣ ਵਧੀਆ ਪ੍ਰੋਡਕਟ ਬਣ ਕੇ ਆਇਆ ਜੀ ਅੱਗੇ ਹੁਣ ਦੇਖ। ਐਂਡ ਜੈਕ ਬੋਬਾ ਰਾਏ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ ਕਰਦੇ ਹਾਂ। ਅਤੇ ਕੁਛ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ, ਉਸ ਤੋਂ ਬਾਅਦ ਮੈਂ ਕਹੂੰਗਾ ਸਭ ਤੋਂ ਮੈਂ ਇੰਪ੍ਰੈਸ ਹੋਇਆ ਇਹਦੀ ਜੈ ਦੀ ਮੂਵੀ ਵੇਖ ਕੇ, ਮੈਡਲ ਵਿਨ ਹੈਂਡੀ, ਬਹੁਤ ਸੋਹਣੀ ਮੂਵੀ, ਮੇਰੀ ਫੇਵਰੇਟ ਮੂਵੀ ਆ ਉਹ। ਅਤੇ ਦਲਜੀਤ ਭਾਅ ਜੀ ਮੇਰੇ ਵੱਡੇ ਵੀਰ ਉੱਥੇ ਕੈਨੇਡਾ, ਅਸੀਂ ਇਕੱਠੇ ਹਾਂ, ਉਹਨਾਂ ਦਾ ਥੈਂਕ ਯੂ, ਉਹਨਾਂ ਕਰਕੇ ਅੱਜ ਆਪਾਂ ਇਸ ਮੂਵੀ ਦਾ ਪਾਰਟ ਬਣੇ ਹਾਂ। ਅਤੇ ਰਵੀ ਤੁਸੀਂ ਕਹੋ ਕੁਛ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਐਂਡ ਜੈ ਨੂੰ, ਦੀਪ ਨੂੰ, ਮਲਹੋਤਰਾ ਸਾਹਿਬ ਤੁਹਾਨੂੰ, ਸ਼ਮੀ ਭਾਅ ਜੀ ਨੂੰ, ਦਿਲਜੀਤ ਥਿੰਨ ਭਾਅ ਜੀ ਨੂੰ, ਡੈਵੀ ਭਾਅ ਜੀ ਅਤੇ ਅੰਮ੍ਰਿਤਪਾਲ ਭਾਅ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਫਿਲਮ ਬਹੁਤ ਸੋਹਣੀ ਬਣੀ ਆ। ਔਰ ਮੈਂ ਸ਼ੂਟਿੰਗ 'ਤੇ ਦੇਖਿਆ ਸੀ, ਜੈ ਨੇ ਇੰਨੀ ਮਿਹਨਤ ਕੀਤੀ ਆ, ਔਰ ਜੇ ਜੈ ਬਾਰੇ ਮੈਂ ਸ਼ੁਰੂ ਕੀਤਾ ਤਾਂ ਮੈਂ ਬੁਲਨੋਂ ਨਹੀਂ ਹਟਣਾ, ਕਿਉਂਕਿ ਇੱਕ ਤਾਂ ਜੈ ਇਨਸਾਨ ਬਹੁਤ ਅੱਛੇ ਆ, ਉਹਨਾਂ ਦੀ ਇਨੋਸੈਂਸ ਉਹਨਾਂ ਦੀ ਦਿਸਦੀ ਆ, ਜਿੰਨੇ ਇਨੋਸੈਂਟ ਨੇ ਉਹਨਾਂ ਦੀ ਸਕਰੀਨ 'ਤੇ ਵੀ ਦਿਸਦੇ ਨੇ। ਔਰ ਬਹੁਤ ਜ਼ਿਆਦਾ ਮਿਹਨਤ ਕਰਦੇ, ਬਹੁਤ ਜ਼ਿਆਦਾ ਡੈਡੀਕੇਟ ਨੇ ਆਪਣੇ ਕੰਮ ਲਈ, ਮੈਨੂੰ ਤਾਂ ਖੈਰ ਕਹਿਣ ਦੀ ਜ਼ਰੂਰਤ ਨਹੀਂ, ਸਾਰਿਆਂ ਨੂੰ ਪਤਾ ਆ। ਔਰ ਮੂਵੀ ਬਹੁਤ ਅੱਛੀ ਬਣੀ ਆ, ਔਰ ਮੈਨੂੰ ਲੱਗਦਾ ਇੱਕ ਵਾਰੀ ਤੁਸੀਂ ਦੇਖਣ ਜਾਣਾ, ਉਸ ਤੋਂ ਬਾਅਦ ਤੁਸੀਂ ਬਾਰ ਬਾਰ ਦੇਖਣ ਜਾਣਾ, ਆਪਣੀ ਫੈਮਿਲੀ ਨਾਲ, ਆਪਣੇ ਫਰੈਂਡਸ ਨਾਲ, ਸਾਰਿਆਂ ਨਾਲ। ਔਰ ਸਾਡੀ ਪਹਿਲੀ ਮੂਵੀ ਆ, ਔਰ ਆਈ ਐਮ ਸੋ ਪ੍ਰਾਊਡ ਕਿ ਥਿੰਦ ਭਾਅ ਜੀ ਨੇ ਸਾਨੂੰ ਅਪਰਚੁਨਿਟੀ ਦਿੱਤੀ ਹੈ, ਜੈਬ ਪ੍ਰੋਡਕਸ਼ਨਸ ਨੂੰ, ਜੈਬ ਸਟੂਡੀਓਜ਼ ਨੂੰ ਥਿੰਦ ਮੋਸ਼ਨਸ ਦੇ ਨਾਲ ਜੁੜ ਕੇ ਕੋਲੈਬੋਰੇਟ ਕਰਕੇ ਸੋਹਣੀ ਮੂਵੀ ਬਣਾ ਲਈ, ਔਰ ਬਹੁਤ ਸੋਹਣਾ ਸਾਰਿਆਂ ਨੇ ਕੰਮ ਕੀਤਾ। ਆਈ ਹੋਪ, ਫਿੰਗਰਸ ਕ੍ਰੋਸਡ, ਬਹੁਤ ਸੋਹਣੀ ਮੂਵੀ ਆ।
ਐਂਡ ਪਵਨ ਮਲਹੋਤਰਾ ਸਰ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ। ਅਤੇ ਬਾਈ ਸਭ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਸਾਰੇ ਇੰਨੀ ਤਾਦਾਦ ਹੀ ਤੁਸੀਂ ਆਏ ਹੋ, ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਫਿਲਮ ਦੇਖੋ ਜੀ, ਸਭ ਤੋਂ ਪਹਿਲੇ ਤਾਂ ਪ੍ਰੋਡਿਊਸਰ ਮੋਸਟ ਇੰਪੋਰਟੈਂਟ ਹੈ ਕਿ ਕੋਈ ਆਏਗਾ ਅੱਗੇ, ਤੁਹਾਡੇ ਕੋਲ ਇੱਕ ਕਹਾਣੀ ਹੈਗੀ ਹੈ ਪਰ ਉਹਨੂੰ ਬਣਾਉਣ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ। ਅਤੇ ਇਹ ਤਾਂ ਮੇਰੇ ਦਾਏ 'ਤੇ ਜਿਹੜੇ ਬੈਠੇ ਨੇ ਐਕਸਪੀਰੀਅੰਸਡ ਹੈਗੇ ਨੇ, ਇਹਨਾਂ ਨੇ ਕੁਛ ਉਹਦੇ ਵੇਖਿਆ ਹੋਏਗਾ, ਤਦੇ ਆਏ ਨਾਲ ਇੱਕ ਨਵੇਂ ਸਾਡੇ ਪ੍ਰੋਡਿਊਸਰ ਆਏ ਜਿਹੜੇ ਇਹਨਾਂ ਨੇ ਮਿਲ ਕੇ ਸਭ ਕੀਤਾ। ਅਤੇ ਸਭ ਤੋਂ ਪਹਿਲੇ ਇਹਨਾਂ ਦਾ ਧੰਨਵਾਦ ਕਿ ਇੱਕ ਫਿਲਮ ਬਣਾਈ ਜਿਹਦੇ ਦੇਖੋ ਜੀ 100 ਘਰ ਚੱਲਦੇ ਜੀ ਇੱਕ ਫਿਲਮ ਨਾਲ। ਔਰ ਮੈਂ ਸਿਰਫ ਇਹ ਕਹਿੰਦਾ ਕਿ ਜਿਸਲੇ ਦੇਰ ਇਜ਼ ਸੰਬਡੀ ਟੂ ਬੈਕ ਯੋਰ ਪ੍ਰੋਜੈਕਟ, ਜੋ ਤੁਸੀਂ ਕਹਾਣੀ ਕਹਿਣਾ ਚਾਹੁੰਦੇ ਹੋ, ਉਹਨਾਂ ਦਾ ਸਾਨੂੰ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਉਹ ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਹੈ। ਫਿਰ ਟੀਮ ਇਕੱਠੀ ਹੁੰਦੀ ਹੈ, ਡਾਇਰੈਕਟਰ ਆਉਂਦਾ ਹੈ, ਰਾਈਟਰ ਆਉਂਦਾ ਹੈ, ਐਕਟਰਸ ਆਉਂਦੇ ਹਨ। ਔਰ ਮੈਂ ਤਾਂ ਜਿਹਨਾਂ ਪਹਿਲੀ ਵਾਰ ਮਿਲਿਆ ਹੀ ਸੈੱਟ 'ਤੇ ਆ ਕੇ, ਇਹਦੀ ਵਾਈਬਸ ਬਹੁਤ ਚੰਗੀਆਂ ਨੇ। ਜਿਹੜਾ ਜਿਲ੍ਹੇ ਮਿਲੋ ਨਾ ਤਾਂ ਲੱਗਦਾ ਕਿ ਯਾਰ ਬੰਦਾ ਗੱਲ ਕਰਨ ਦੀ ਬਹਿ ਨਹੀਂ ਚੰਗਾ ਲੱਗੇਗਾ। ਔਰ ਇੱਕ ਕੋਸ਼ਿਸ਼ ਇਹੋ ਜਿਹੀ ਕੀਤੀ ਗਈ ਹੈ ਕਿ ਥੋੜ੍ਹਾ ਜਿਹਾ ਡਿਫਰੈਂਟ ਸਬਜੈਕਟ ਹੈ ਔਰ ਪੂਰਾ ਇਮਾਨਦਾਰੀ ਨਾਲ ਕੀਤਾ ਗਿਆ। ਔਰ ਇੱਥੋਂ ਤੱਕ ਕਿ ਫਿਲਮ ਜਿਲ੍ਹੇ ਕੰਪਲੀਟ ਹੋ ਗਈ ਸ਼ੂਟਿੰਗ, ਅਤੇ ਇਹਨਾਂ ਨੇ ਬਹਿ ਕੇ ਜਿਲ੍ਹੇ ਦੇਖੀਏ ਅਤੇ ਕਿਹਾ ਕਿ ਇਹ ਚੀਜ਼ ਸਾਨੂੰ ਲੱਗਦਾ ਕਿ ਵੀ ਕੈਨ ਮੇਕ ਇਟ ਈਵਨ ਬੈਟਰ। ਔਰ ਇਸ ਕਰਕੇ ਫਿਰ ਤੋਂ ਇੱਕ ਪੈਚ ਵਰਕ, ਫਿਰ ਕੁਛ ਸੀਨਸ ਥੋੜ੍ਹੇ ਉਹਨਾਂ ਨੂੰ ਚੇਂਜ ਕਰਕੇ ਫਿਰ ਤੋਂ ਸ਼ੂਟ ਹੋਇਆ। ਨਹੀਂ ਤਾਂ ਬਹੁਤ ਸਾਰੇ ਲੋਕ ਇਹ ਵੀ ਸੋਚ ਸਕਦੇ ਨੇ ਕਿ ਯਾਰ ਹੋਰ ਕੁਛ ਲੱਖ ਕਿਉਂ ਖਰਚਣੇ, ਬਣ ਗਿਆ ਨਾ। ਅਤੇ ਕੋਸ਼ਿਸ਼ ਇਹੀ ਰਹੀ ਹੈ ਕਿ ਫੋਰ ਦਾ ਬੈਟਰਮੈਂਟ ਆਫ ਦਾ ਫਿਲਮ। ਐਂਡ ਹੁਣ ਰਿਜ਼ਲਟ ਜਿਹੜਾ ਹੈ, ਇੱਕ ਇਮਾਨਦਾਰੀ ਨਾਲ ਇੱਕ ਟੀਮ ਨੇ ਇੱਕ ਫਿਲਮ ਬਣਾਈ ਹੈ। ਹੁਣ ਗੇਂਦ ਤੁਹਾਡੇ ਪਾਲੇ 'ਚ ਆ ਜਾਣੀ ਹੈ, ਦੋ ਹਫ਼ਤੇ ਦੀ ਗੱਲ ਹੈ। ਅਤੇ ਉੱਥੇ ਪ੍ਰੈਸ ਦੇਖੇਗੀ ਅਤੇ ਕਿਹੋ ਜਿਹਾ ਸਪੋਰਟ ਮਿਲਦਾ ਹੈ, ਔਰ ਫਿਰ ਆਡੀਅੰਸ ਨੂੰ ਕਿ ਚੰਗਾ ਲੱਗੇ, ਰੱਬ ਤੁਹਾਡੇ ਨਾਲ ਹੋਏਗਾ ਅਤੇ ਇਹ ਹੋਏਗਾ। ਬਾਕੀ ਤਾਂ ਰੱਬ ਦੇ ਹੱਥ ਹੈ ਸਭ ਕੁਛ। ਸਾਡਾ ਕੰਮ ਸੀ ਟੀਮ ਦਾ ਇਮਾਨਦਾਰੀ ਨਾਲ ਕੰਮ ਕਰਨਾ, ਇਮਾਨਦਾਰੀ ਨਾਲ ਇੱਕ ਫਿਲਮ ਬਣਾਉਣਾ, ਉਹ ਕੋਸ਼ਿਸ਼ ਕੀਤੀ ਗਈ ਹੈ। ਔਰ ਇਹਨਾਂ ਨੇ ਕੋਈ ਕਮੀ ਨਹੀਂ ਛੋੜੀ। ਅਗਰ ਐਕਸ਼ਨ ਹੈਗਾ ਤਾਂ ਜਿਵੇਂ ਕਿਸੇ ਨੇ ਮੈਨੂੰ ਬੋਲਿਆ, ਬਾਈ ਦੇਖੀਏ ਅਸੀਂ ਪੋਸਟ ਪ੍ਰੋਡਕਸ਼ਨ 'ਚ, ਇਹੋ ਜਿਹਾ ਐਕਸ਼ਨ ਹਾਲੇ ਤੱਕ ਪੰਜਾਬੀ ਫਿਲਮ 'ਚ ਨਹੀਂ ਆਇਆ। ਸੋ ਆਈ ਥਿੰਕ ਇੱਕ ਬੈਟਰ ਸ਼ੁਰੂਆਤ ਹੈ। ਔਰ ਇਹਦਾ ਵੀ ਜੈ ਦਾ ਜਿੰਨਾ ਮੈਨੂੰ ਪਤਾ ਹੈ, ਇੱਕ ਡਿਫਰੈਂਟ ਕਾਇੰਡ ਆਫ ਕੈਰੈਕਟਰ ਹੀ ਇਜ਼ ਪਲੇਇੰਗ, ਔਰ ਬਹੁਤ ਹੀ ਸਹਿਜਤਾ ਨਾਲ ਕੀਤਾ ਹੈ। ਬੱਚੀ ਦਾ ਵੀ ਨਵਾਂ ਸ਼ੁਰੂਆਤ ਹੈਗੀ ਹੈ, ਅਤੇ ਕੁਛ ਨਵੇਂ ਲੋਕ, ਕੁਛ ਐਕਸਪੀਰੀਅੰਸ ਲੋਕ ਸਭ ਜੁੜੇ ਨੇ, ਅਤੇ ਉਮੀਦ ਕਰਦੇ ਹਾਂ ਕਿ ਅਸੀਂ ਖਰੇ ਉਤਰਾਂਗੇ, ਲੋਕਾਂ ਨੂੰ ਪਸੰਦ ਆਵਾਂਗੇ। ਬਸ ਇਸ ਉਮੀਦ ਨਾਲ ਹੁਣ ਬਾਕੀ ਪ੍ਰੈਸ ਦੇ ਪਾਲੇ 'ਚ ਗੱਲ ਹੈਗੀ। ਥੈਂਕ ਯੂ ਸੋ ਮਚ ਆਉਣ ਵਾਸਤੇ, ਬਹੁਤ ਬਹੁਤ ਧੰਨਵਾਦ। ਨੈਕਸਟ ਜੈਵਰੇ, ਚੋਬਰ ਵੀ ਕਰ ਲਈ, ਸ਼ੂਟਰ ਵੀ ਬਣ ਗਏ, ਮੈਡਲ ਵੀ ਜਿੱਤ ਲਏ, ਅਤੇ ਹੁਣ ਜੇ ਜੱਟ ਵਿਗੜੂਗਾ ਤਾਂ ਉਹ ਕਿਹੜੇ ਹਿਸਾਬ ਨਾਲ ਵਿਗੜੂਗਾ, ਹੁਣ ਤੁਸੀਂ ਦੱਸਿਓ। ਅਤੇ ਬਾਕੀ ਆਪਾਂ ਟ੍ਰੇਲਰ ਲਾਂਚ ਕਰਾਂਗੇ, ਉਦੋਂ ਬਾਅਦ ਪਤਾ ਲੱਗੂ। ਉਦੋਂ ਬਾਅਦ ਅਤੇ ਕੁਛ ਖਾਸੀਅਤ ਕੀ ਹੈ ਬਈ ਇਸ ਚੀਜ਼ ਦੀ ਮੂਵੀ? ਹਾਂਜੀ, ਪਹਿਲਾਂ ਤਾਂ ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ, ਜਿੰਨੇ ਵੀ ਇੱਥੇ ਆਏ ਨੇ, ਤੁਹਾਡਾ ਇਕੱਲਾ ਇਕੱਲਾ ਕਦਮ ਸਿਰ ਮੱਥੇ, ਕਿਉਂਕਿ ਤੁਹਾਨੂੰ ਪਤਾ ਫਿਲਮ ਬਣਾਉਣ ਲਈ ਮਿਹਨਤ ਲੱਗਦੀ ਹੈ, ਪਰ ਫਿਲਮ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡੀ ਸਾਰਿਆਂ ਦੀ ਜ਼ਰੂਰਤ ਹੁੰਦੀ ਆ। ਸੋ ਤੁਹਾਡੇ ਤੋਂ ਬਿਨਾਂ ਫਿਲਮ ਲੋਕਾਂ ਤੱਕ ਪਹੁੰਚ ਨਹੀਂ ਸਕਦੀ। ਉਸ ਤੋਂ ਬਾਅਦ ਜਿਨ੍ਹਾਂ ਨੇ ਫਿਲਮ 'ਤੇ ਪੈਸੇ ਲਾਏ ਹੁੰਦੇ ਨੇ, ਉਹ ਸਭ ਤੋਂ ਇੰਪੋਰਟੈਂਟ ਹੁੰਦੇ ਨੇ, ਕਿਉਂਕਿ ਉਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਤਾਂ ਹੀ ਬਣ ਪਾਈ ਹੈ, ਕਿਉਂਕਿ ਉਹਦੇ 'ਤੇ ਪੈਸੇ ਲੱਗੇ ਨੇ।
ਸੋ ਥਿਨ ਮੋਸ਼ਨਸ ਐਂਡ ਜੈਪ ਪ੍ਰੋਡਕਸ਼ਨਸ ਜਿਨ੍ਹਾਂ ਨੇ ਬਹੁਤ ਵੱਡਾ ਹੌਸਲਾ ਅਤੇ ਜਿਗਰਾ ਕੀਤਾ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਦਾ, ਕਿਉਂਕਿ ਜੇ ਤੁਸੀਂ ਫਿਲਮ ਦਾ ਟ੍ਰੇਲਰ ਦੇਖੋਗੇ ਤੁਹਾਨੂੰ ਇਹ ਦੇਖ ਕੇ ਲੱਗੂਗਾ ਉਹਦੀ ਪ੍ਰੋਡਕਸ਼ਨ ਤੋਂ ਕਿ ਯਾਰ ਇਹ ਵਾਕਿਆ ਹੀ ਇੱਕ ਐਸਾ ਪ੍ਰੋਡਕਟ ਬਣਿਆ ਜਿਹੜਾ ਪੰਜਾਬੀ ਇੰਡਸਟਰੀ 'ਚ ਪਹਿਲਾਂ ਕਦੀ ਨਹੀਂ ਬਣਿਆ ਸੀ। ਸੋ ਉਸ ਤੋਂ ਬਾਅਦ ਆਈ ਐਮ ਰੀਅਲੀ ਥੈਂਕਫੁਲ ਸੋਨੂ ਭਾਅ ਜੀ ਦਾ, ਸਪੀਡ ਰੈਕਰਡਸ 'ਤੇ ਸਾਡਾ ਮਿਊਜ਼ਿਕ ਆ ਰਿਹਾ, ਸੋ ਇਹਨਾਂ ਨੇ ਇੱਕ ਕਦਮ ਵਧਾਇਆ ਕਿ ਅਸੀਂ ਮਿਊਜ਼ਿਕ ਲੈਣਾ ਆ ਐਂਡ ਇਹਨਾਂ ਨੇ ਲਿਆ। ਆਈ ਐਮ ਰੀਅਲੀ ਥੈਂਕਫੁਲ ਟੂ ਹਿਮ ਆਲਸੋ ਐਂਡ ਅੰਮ੍ਰਿਤਪਾਲ ਭਾਅ ਜੀ ਜਿਨ੍ਹਾਂ ਨੇ ਸਾਰਾ ਐਮ ਡੀ ਐਨ ਐਂਟਰਟੇਨਮੈਂਟ ਜੋ ਸਾਡੀ ਸਾਰੀ ਪੀ ਆਰ ਕਰ ਰਹੇ ਨੇ ਐਂਡ ਪਵਨ ਸਰ ਜਿਹੜੇ ਸਪੈਸ਼ਲੀ ਬੰਬੇ ਤੋਂ ਸਾਡੀ ਫਿਲਮ ਨੂੰ ਸਪੋਰਟ ਕਰਨ ਆਏ ਆ। ਜਿਹੜਾ ਇੱਕ ਐਕਟਰ ਹੁੰਦਾ ਉਹ ਜਿੱਦਾਂ ਪਵਨ ਸਰ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਹੀ ਬਿਜ਼ੀ ਆਰਟਿਸਟ ਨੇ, ਇੱਦਾਂ ਨਹੀਂ ਹੈਗੇ ਕਿ ਘਰ ਵਿਹਲੇ ਬੈਠੇ ਨੇ, ਸੋ ਟਾਈਮ ਕੱਢ ਕੇ ਇੱਥੇ ਆਏ ਨੇ ਫਿਲਮ ਨੂੰ ਸਪੋਰਟ ਕਰਨ। ਸੋ ਇਟ ਮੀਨਸ ਉਹਨਾਂ ਦੇ ਕਿਤੇ ਨਾ ਕਿਤੇ ਡੀਪ ਇਨਸਾਈਡ ਦਿਲ ਦੇ ਵਿੱਚ ਇਹ ਗੱਲ ਹੈਗੀ ਆ ਕਿ ਮੈਂ ਪੰਜਾਬੀ ਸਿਨੇਮੇ ਨੂੰ ਸਪੋਰਟ ਕਰਨੀ ਹੈ। ਸੋ ਇਹਨਾਂ ਨੇ ਜਿਹੜਾ ਪਹਿਲਾਂ ਵੀ ਕੰਮ ਕੀਤਾ 1984 ਦੇ ਵਿੱਚ ਵੀ, ਉਹ ਵੀ ਬਾ ਕਮਾਲ ਕੰਮ ਕੀਤਾ ਸੀ। ਸੋ ਆਈ ਰੀਅਲੀ ਐਪਰੀਸ਼ੀਏਟ ਐਂਡ ਗ੍ਰੇਟਫੁਲ ਟੂ ਹਿਮ ਕਿ ਉਹ ਬੰਬੇ ਤੋਂ ਸਪੈਸ਼ਲ ਸਾਡੀ ਫਿਲਮ ਜੇ ਜੱਟ ਵਿਗੜ ਗਿਆ ਨੂੰ ਸਪੋਰਟ ਕਰਨ ਆਏ ਨੇ। ਐਂਡ ਉਸ ਤੋਂ ਬਾਅਦ ਆਈ ਵਿਸ਼ ਲੱਕ ਟੂ ਅਦੀਪ ਸਹਿਗਲ, ਕਿਉਂਕਿ ਮੇਰੀਆਂ ਸਾਰੀਆਂ ਫਿਲਮਾਂ ਦੇ ਵਿੱਚ ਸਾਰੀਆਂ ਨਵੀਆਂ ਹੀਰੋਇਨਾਂ ਹੁੰਦੀਆਂ ਨੇ, ਸਾਰਿਆਂ ਨੇ ਡੈਬਿਊ ਕੀਤਾ ਹੁੰਦਾ, ਸੋ ਜਿੰਨੀਆਂ ਨੇ ਕੀਤਾ ਸਾਰਿਆਂ ਦਾ ਕਰੀਅਰ ਵਧੀਆ ਹੀ ਆ, ਟੱਚ ਵੁੱਡ, ਸਾਰੇ ਪ੍ਰੋਡਿਊਸਰਾਂ ਦਾ ਅਤੇ ਹੀਰੋਇਨਾਂ ਦਾ। ਸੋ ਆਈ ਵਿਸ਼ ਹਰ ਲੱਕ ਕਿ ਇਹਨਾਂ ਦਾ ਕਰੀਅਰ ਵਧੀਆ ਜਾਵੇ ਐਂਡ ਜਿਨ੍ਹਾਂ ਨੇ ਸਾਰੀ ਮਿਹਨਤ, ਸਾਰੀ ਟੀਮ ਨੇ ਮਿਹਨਤ ਕੀਤੀ ਆ, ਉਹ ਸਾਰੀ ਮਿਹਨਤ ਤੁਸੀਂ ਉੱਦਾਂ ਹੀ ਪ੍ਰਵਾਨ ਕਰੋ, ਕਿਉਂਕਿ ਇਸ ਫਿਲਮ ਦੇ ਡਾਇਰੈਕਟਰ ਮਨੀਸ਼ ਭੱਟ ਸਰ ਜੋ ਇੱਥੇ ਹੈ ਇਸ ਟਾਈਮ ਹੈ ਨਹੀਂ ਕਿਉਂਕਿ ਫਿਲਮ ਦਾ ਪੋਸਟ ਚੱਲਦਾ ਪਿਆ, ਐਂਡ ਉਹਨਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਵਧੀਆ ਪ੍ਰੈਜੈਂਟੇਸ਼ਨ ਦੇ ਨਾਲ ਤੁਹਾਡੇ ਲਈ ਫਿਲਮ ਤਿਆਰ ਕੀਤੀ ਆ। ਅਮਰਜੀਤ ਸਰਾਓ ਭਾਅ ਜੀ ਜਿਨ੍ਹਾਂ ਨੇ ਇਸ ਫਿਲਮ ਦਾ ਸਕ੍ਰੀਨ ਪਲੇਅ ਡਾਇਲੋਗਸ ਲਿਖਿਆ, ਜਨਾਰਦਨ ਮਹਾਰਿਸ਼ੀ ਜਿਨ੍ਹਾਂ ਨੇ ਇਸ ਫਿਲਮ ਦੀ ਸਟੋਰੀ ਲਿਖੀ, ਸੋ ਗੈਰੀ ਥਿਨ ਮੋਸ਼ਨਸ ਤੋਂ ਐਂਡ ਸਪੈਸ਼ਲੀ ਜਨੇਜਾ ਭਾਅ ਜੀ। ਯਾਰ ਜਨੇਜਾ ਭਾਅ ਜੀ ਲਈ ਤਾਲੀਆਂ ਮਾਰੋ, ਜਨੇਜਾ ਭਾਅ ਜੀ ਤੋਂ ਬਿਨਾਂ ਫਿਲਮ ਰਿਲੀਜ਼ ਨਹੀਂ ਹੋ ਸਕਦੀ ਚੰਡੀਗੜ੍ਹ 'ਚ, ਅਤੇ ਜੇ ਕਿ ਫਿਲਮ ਦੀ ਤੁਹਾਨੂੰ ਸਟੈਂਡੀ ਨਹੀਂ ਦੇਖ ਰਹੀ ਤਾਂ ਉਹ ਜਨੇਜਾ ਭਾਅ ਜੀ ਕਰਕੇ ਨਹੀਂ ਦੇਖ ਰਹੀ, ਅਤੇ ਤੁਸੀਂ ਜਨੇਜਾ ਭਾਅ ਜੀ ਨੂੰ ਜਾ ਕੇ ਕਹਿਣਾ ਭਾਅ ਜੀ ਅਸੀਂ ਫਿਲਮ ਦੇਖਣੀ, ਸਟੈਂਡ ਹੀ ਨਹੀਂ ਹੈਗੀ। ਸੋ ਭਾਅ ਜੀ ਨੇ ਪਿਛਲੀ ਫਿਲਮ ਮੈਡਲ ਦੇ ਵਿੱਚ ਮੇਰੇ ਨਾਲ ਇਕੱਲੇ ਇਕੱਲੇ ਸ਼ਹਿਰ 'ਚ ਜਾ ਕੇ ਅਸੀਂ 225 ਸਕਰੀਨਾਂ 'ਚ ਗਏ ਸੀ, 225 ਥੀਏਟਰਾਂ 'ਚ ਭਾਅ ਜੀ ਮੇਰੇ ਨਾਲ ਗਏ ਨੇ, ਅਤੇ ਆਈ ਐਮ ਰੀਅਲੀ ਥੈਂਕਫੁਲ ਟੂ ਹਿਮ। ਤੋ ਅੱਜ ਸਪੈਸ਼ਲ ਫਿਰ ਸਾਡੀ ਨੈਕਸਟ ਫਿਲਮ ਜੇ ਜੱਟ ਵਿਗੜ ਗਿਆ ਨੂੰ ਸਪੋਰਟ ਕਰਨ ਆਏ ਆ, ਸੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ। ਹਾਂਜੀ ਕੈਮਰਾ ਨੀਰਜ ਭਾਅ ਜੀ ਡੀ ਓ ਪੀ ਸਾਡੇ ਸਿਨੇਮੈਟੋਗ੍ਰਾਫਰ, ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਪੰਮਾ ਭਾਅ ਜੀ ਐਕਸ਼ਨ, ਅਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਹੀ ਕੰਮ ਕਰਦੇ ਆਏ ਹਾਂ, ਸੋ ਆਈ ਐਮ ਰੀਅਲੀ ਥੈਂਕਫੁਲ ਟੂ ਹਿਮ ਆਲਸੋ, ਕਿਉਂਕਿ ਬਹੁਤ ਬਹੁਤ ਮਿਹਨਤ ਲੱਗਦੀ ਆ ਜਿਹੜੀ ਕੈਮਰੇ ਤੋਂ ਪਿੱਛੇ ਟੀਮ ਕੰਮ ਕਰਦੀ ਆ। ਮੂਹਰੇ ਜੇ ਮੇਨ ਐਕਟਰ ਆ ਉਹ ਖੜ ਕੇ ਦੋ ਡਾਇਲੋਗ ਬੋਲ ਕੇ ਘਰ ਚਲਾ ਜਾ ਸਕਦਾ, ਪਰ ਜਿਹੜੀ ਬੈਕ ਐਂਡ 'ਤੇ ਟੀਮ ਆ ਉਹ ਜਾਂਦੇ ਵੀ ਲੇਟ ਆ ਅਤੇ ਆਉਂਦੇ ਵੀ ਪਹਿਲਾਂ, ਸੋ ਉਹਨਾਂ ਸਾਰਿਆਂ ਦੀ ਐਪਰੀਸ਼ੀਏਸ਼ਨ ਬਣਦੀ ਆ, ਕਿਉਂਕਿ ਉਹਨਾਂ ਤੋਂ ਬਿਨਾਂ ਨਾ ਤਾਂ ਮੈਂ ਕੁਛ ਕਰਨ ਜੋਗਾ ਹਾਂ, ਨਾ ਮੈਂ ਸਾਡੀ ਟੀਮ ਨਾ ਫਿਲਮ ਵਧੀਆ ਬਣ ਸਕਦੀ ਆ। ਸੋ ਬਸ ਇੰਨੀ ਗੱਲ ਆ, ਬਾਕੀ ਟ੍ਰੇਲਰ ਦੇਖ ਕੇ ਤੁਹਾਡੇ ਰਿਵਿਊਜ਼, ਆਈ ਵਾਂਟ ਕਿ ਯਾਰ ਤੁਸੀਂ ਸਾਰੇ ਆਪਣੇ ਰਿਵਿਊਜ਼ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਫੈਮਿਲੀ ਨਾਲ ਸ਼ੇਅਰ ਕਰਿਓ। ਤੁਹਾਨੂੰ ਮੈਡਲ ਵਧੀਆ ਲੱਗੀ ਸੀ? ਵਧੀਆ ਲੱਗੀ ਮੈਡਲ? ਹਾਂ, ਸੋ ਆਈ ਹੋਪ ਕਿ ਇਹ ਫਿਲਮ ਤੁਹਾਨੂੰ ਉਸ ਤੋਂ ਥੋੜ੍ਹੀ ਜ਼ਿਆਦਾ ਵਧੀਆ ਲੱਗੇ, ਕਿਉਂਕਿ ਅਸੀਂ ਉੱਥੋਂ ਜੋ ਗਲਤੀਆਂ ਕੀਤੀਆਂ ਉਹ ਸਿੱਖੀਆਂ ਅਤੇ ਇਹਦੇ 'ਚ ਅਪਲਾਈ ਕੀਤੀਆਂ। ਯਾ ਦੀਪ ਸਹਿਗਲ ਮੈਮ, ਤੁਹਾਡਾ ਕਿੰਨਾ ਕੁ ਰੋਲ ਆ ਮੈਮ ਇਹਦੇ 'ਚ, ਜੱਟ ਵਿਗੜਨ 'ਚ ਅਤੇ ਜੱਟ ਸੁਧਾਰਨ 'ਚ? ਮੈਨੂੰ ਐਂ ਲੱਗਦਾ ਕਿ ਪਹਿਲਾਂ ਤਾਂ ਸਾਰੇ ਜਣਿਆਂ ਦਾ ਬਹੁਤ ਬਹੁਤ ਵੈਲਕਮ ਐਂਡ ਥੈਂਕ ਯੂ ਤੁਸੀਂ ਇੰਨਾ ਟਾਈਮ ਕੱਢ ਕੇ ਸਾਨੂੰ ਸਪੋਰਟ ਕਰਨ ਲਈ ਆਏ ਹੋ। ਮੈਨੂੰ ਤਾਂ ਉਹ ਦਿਨ ਯਾਦ ਆ ਗਿਆ ਕਿ ਜਦੋਂ ਅਸੀਂ ਲਾਸਟ ਟਾਈਮ ਪੋਸਟਰ ਲਾਂਚ ਕੀਤਾ ਸੀ ਉਦੋਂ ਵੀ ਤੁਸੀਂ ਸਾਰੇ ਜਣਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ, ਅਤੇ ਅੱਜ ਉਹ ਵੀ ਦਿਨ ਆ ਗਿਆ ਕਿ ਸਾਡੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ। ਸੋ ਥੈਂਕ ਯੂ ਸੋ ਮਚ ਤੁਸੀਂ ਆਏ ਹੋ ਐਂਡ ਤੁਸੀਂ ਕਿਹਾ ਕਿ ਤੁਹਾਡਾ ਕੁਐਸਚਨ ਕਿ ਜੇ ਜੱਟ ਵਿਗੜ ਗਿਆ ਦੇ ਵਿਗੜਨ ਦੇ ਵਿੱਚ ਕਿੰਨਾ ਕੁ ਤੁਹਾਡਾ ਹੱਥ ਹੈ ਜਾਂ ਸੁਧਾਰਨ ਦੇ ਵਿੱਚ ਕਿੰਨਾ ਕੁ ਹੱਥ ਆ, ਇਹ ਵੈਸੇ ਤਾਂ ਮੂਵੀ ਦੇਖ ਕੇ ਤੁਹਾਨੂੰ ਪਤਾ ਲੱਗੂਗਾ, ਬਟ ਹਾਂਜੀ ਸੁਧਾਰਨ ਦੇ ਵਿੱਚ ਥੋੜ੍ਹਾ ਜਿਹਾ ਹੱਥ ਹੈਗਾ।
ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ, ਸਪੈਸ਼ਲੀ ਜੇ ਦਾ ਜੋ ਮੇਰੇ ਕੋ ਐਕਟਰ ਨੇ, ਥਿਨ ਮੋਸ਼ਨ ਦਾ ਜਿਨ੍ਹਾਂ ਨੇ ਮੇਰੇ 'ਤੇ ਬਿਲੀਵ ਕੀਤਾ, ਜੈ ਪ੍ਰੋਡਕਸ਼ਨ ਦਾ ਰਾਵੀ ਜੀ ਦਾ ਜਿਹੜੇ ਹਮੇਸ਼ਾ ਹੀ ਸੈੱਟ 'ਤੇ ਆਉਂਦੇ ਸੀ ਅਤੇ ਮੈਨੂੰ ਬੜੀਆਂ ਵਧੀਆ ਪੋਜ਼ਿਟਿਵ ਵਾਈਬਸ ਦਿੰਦੇ ਸੀ, ਐਂਡ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਹਾਂ। ਥੈਂਕ ਯੂ ਡੇਵੀ ਭਾਅ ਜੀ, ਥੈਂਕ ਯੂ ਅੰਮ੍ਰਿਤਪਾਲ ਜੀ, ਥੈਂਕ ਯੂ ਸ਼ਮੀ ਜੀ, ਥੈਂਕ ਯੂ ਸੋਨੂ ਭਾਅ ਜੀ ਕਿ ਤੁਸੀਂ ਇੱਕ ਨਵੇਂ ਟੈਲੈਂਟ ਨੂੰ ਇੰਨਾ ਸਪੋਰਟ ਕਰ ਰਹੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵਰਗਿਆ ਹੋਰ ਟੈਲੈਂਟ ਵੀ ਆਵੇ ਅਤੇ ਜਿਹੜੇ ਇੱਕ ਛੋਟੇ ਘਰ ਦੇ ਸੁਪਨੇ ਵੇਖਦੇ ਨੇ ਅਤੇ ਉਹਨਾਂ ਦੇ ਸੁਪਨੇ ਵੀ ਪੂਰੇ ਹੁੰਦੇ ਨੇ। ਸੋ ਆਈ ਐਮ ਫੀਲਿੰਗ ਵੈਰੀ ਓਵਰਵੈਲਮਡ ਰਾਈਟ ਨਾਓ ਅਤੇ ਜਦੋਂ ਤੁਸੀਂ ਟ੍ਰੇਲਰ ਦੇਖੋਗੇ ਐਂਡ ਪਲੀਜ਼ ਦੱਸਿਓ ਕਿ ਤੁਹਾਨੂੰ ਸਾਡਾ ਕੰਮ ਕਿੱਦਾਂ ਦਾ ਲੱਗਿਆ। ਥੈਂਕ ਯੂ। ਸੋਰੀ ਮੈਂ ਇੱਕ ਗੱਲ ਭੁੱਲ ਗਿਆ ਸੀ, ਜਿੱਦਾਂ ਪਵਨ ਸਰ ਬੰਬੇ ਤੋਂ ਆਏ ਉਦਾਂ ਜੈਕ ਭਾਅ ਜੀ ਅਤੇ ਰਵੀ ਭੈਣ ਹੋਣੀ ਕੈਨੇਡਾ ਤੋਂ ਆਏ ਨੇ ਸਪੈਸ਼ਲੀ ਆਪਣੀ ਫਿਲਮ ਦੇ ਟ੍ਰੇਲਰ ਲਾਂਚ ਲਈ। ਸੋ ਇਹਨਾਂ ਦੀ ਐਪਰੀਸ਼ੀਏਸ਼ਨ ਬਣਦੀ ਹੈ ਕਿਉਂਕਿ ਤੁਸੀਂ ਜਦੋਂ ਆਪਾਂ ਜਿੱਦਾਂ ਸ਼ਮੀ ਭਾਅ ਜੀ ਬੈਠੇ ਇੱਥੇ, ਜਦੋਂ ਆਪਾਂ ਫਿਲਮ ਪ੍ਰੋਡਿਊਸ ਕਰ ਦਿੰਦੇ ਹਾਂ ਤਾਂ ਕਈ ਵਾਰੀ ਬੰਦਾ ਉਹਨੂੰ ਇੰਨਾ ਸੀਰੀਅਸਲੀ ਨਹੀਂ ਲੈਂਦਾ ਕਿ ਉਹਨੂੰ ਇੱਦਾਂ ਲੱਗਦਾ ਕਿ ਅਸੀਂ ਪੈਸੇ ਲਾਏ ਬਿਜ਼ਨਸ, ਕਈ ਲੋਕ ਫਿਲਮ ਪ੍ਰੋਡਿਊਸ ਕਰਦੇ ਨੇ, ਬਟ ਉਹਨਾਂ ਨੇ ਐਪਰੀਸ਼ੀਏਟ ਕੀਤਾ ਇੰਨੀ ਦੂਰੋਂ ਚੱਲ ਕੇ ਆਏ ਆ। ਐਂਡ ਸ਼ਮੀ ਭਾਅ ਜੀ, ਜੈ ਭਾਅ ਜੀ, ਰਵੀ ਭੈਣ, ਇਹ ਸਾਰਿਆਂ ਦਾ ਮੈਂ ਦਿਲੋਂ ਥੈਂਕ ਯੂ ਕਰਦਾ। ਐਂਡ ਹੁਣ ਤੁਸੀਂ ਜਦੋਂ ਟ੍ਰੇਲਰ ਦੇਖੋਗੇ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਰਿਵਿਊ ਜਾਣਨਾ ਚਾਹੁੰਦਾ, ਮੈਂ ਚਾਹੁੰਦਾ ਮੈਂ ਉੱਧਰ ਆਵਾਂ, ਤੁਸੀਂ ਸਾਰੇ ਇੱਧਰ ਆਓ ਫਿਰ। ਹਾਂਜੀ, ਇਹਨਾਂ ਨੇ ਜਿਵੇਂ ਕਿਹਾ ਕਿ ਲੋਕ ਸਿਰਫ ਬਿਜ਼ਨਸ ਲਈ ਕਰਦੇ ਨੇ, ਪ੍ਰੋਡਿਊਸਰ ਵਾਸਤੇ ਇੱਕ ਤਾਂ ਕ੍ਰੀਏਟਿਵਿਟੀ ਹੁੰਦੀ ਹੈ ਕਿ ਮੈਂ ਇੱਕ ਅੱਛੀ ਫਿਲਮ, ਡਿਫਰੈਂਟ ਫਿਲਮਾਂ ਪ੍ਰੋਡਿਊਸ ਕਰਾਂ। ਪੈਸੇ ਵੀ ਬਹੁਤ ਜ਼ਰੂਰੀ ਨੇ, ਪ੍ਰੋਡਿਊਸਰ ਕੋਲ ਵਾਪਸ ਪੈਸੇ ਕਮਾਏਗਾ ਅਤੇ ਅਸੀਂ ਹੋਰ ਕਹਾਣੀਆਂ ਕਹਿ ਪਾਵਾਂਗੇ। ਔਰ ਮੈਂ ਚਾਹੁੰਦਾ ਕਿ ਇਹ ਫਿਲਮ ਪ੍ਰੋਡਿਊਸਰ ਨੂੰ ਪੈਸੇ ਬਣਾ ਕੇ ਦੇ, ਸਾਨੂੰ ਤਾਂ ਸਾਡੀ ਮਿਹਨਤਾਂ ਨਾਲ ਮਿਲ ਗਿਆ, ਪਰ ਐਜ਼ ਐਨ ਐਕਟਰ ਸਾਡੀ ਚਾਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡਾ ਕੰਮ ਵੇਖਣ। ਔਰ ਇੱਕ ਇਹ ਵੀ ਹੈ ਕਿ ਪ੍ਰੋਡਿਊਸਰ ਅਗਰ ਇਹ ਜਿਵੇਂ ਨਵੇਂ ਪ੍ਰੋਡਿਊਸਰ ਜੁਆਇਨ ਕੀਤੇ ਨੇ, ਮੈਂ ਵਾਰ ਵਾਰ ਕਹਿੰਦਾ ਅਗਰ ਅਸੀਂ ਇੱਕ ਚੰਗੀ ਚੀਜ਼ ਬਜਟੀ ਬਣਾ ਕੇ ਦਾਂਗੇ, ਪੈਸੇ ਆਉਣਗੇ, ਫਿਰ ਹੋਰ ਫਿਲਮਾਂ, ਹੋਰ ਕਹਾਣੀਆਂ ਕਹਾਂਗੇ। ਔਰ ਇਸ ਜ਼ਮੀਨ 'ਚ ਬੜੀ ਕਹਾਣੀਆਂ 'ਚ ਬਹੁਤ ਕੁਛ ਕਹਿਣ ਨੂੰ ਹੈਗਾ, ਐਸਾ ਕੋਈ ਲਿਮਿਟਿਡ ਸਬਜੈਕਟ ਨਹੀਂ ਹੈਗੇ। ਬਾਹਰ ਬੰਬਈਓਂ ਆ ਕੇ ਲੋਕ ਬਣਾਉਂਦੇ ਨੇ ਬੜੀ ਸਾਰੀ ਫਿਲਮਾਂ, ਬੜੀ ਸਾਰੀ ਕਹਾਣੀਆਂ। ਦਿਸ ਲੈਂਡ ਇਜ਼ ਫੁੱਲ ਆਫ ਸਟੋਰੀਜ਼ ਔਰ ਹਰ ਤਰ੍ਹਾਂ ਦੀ ਕਹਾਣੀ ਹੈ ਇਸ ਜ਼ਮੀਨ 'ਚ, ਅਤੇ ਇੱਥੇ ਜਿੰਨਾ ਕਰਦੇ ਜਾ ਕੇ ਖਦਾਨ ਹੈਗੀ ਹੈ, ਇਹ ਖਤਮ ਹੋਣ ਵਾਲੀ ਨਹੀਂ ਹੈ। ਅਤੇ ਅਸੀਂ ਵੱਖ ਵੱਖ ਕਹਾਣੀਆਂ ਕਹੀਏ, ਵੱਖ ਵੱਖ ਤਰ੍ਹਾਂ ਦੀ ਫਿਲਮਾਂ ਬਣਾਉਂਦੇ ਰਹੀਏ, ਈਸ਼ਵਰ ਨੂੰ ਇਹੀ ਕਿਰਪਾ ਕਰਨੇ ਆ। ਔਰ ਆਡੀਅੰਸ ਅਗਰ ਨਾਲ ਹੁੰਦੇ ਨੇ ਅਤੇ ਫਿਰ ਬੰਦਾ ਵੀ ਹਿੰਮਤ ਕਰਦਾ ਕਿ ਇਸ ਵਾਰ ਇਹ ਟਰਾਈ ਕਰਨੇ ਆ। ਔਰ ਅਗਰ ਥੋੜ੍ਹਾ ਕੁਛ ਉੱਤੇ ਥੱਲੇ ਹੁੰਦਾ ਤਾਂ ਉਹਦੇ ਕੋਲ ਹੀ ਹੁੰਦਾ ਜਿਹੜਾ ਕੁਛ ਨਵਾਂ ਨਵਾਂ ਟਰਾਈ ਕਰਦਾ। ਤਾਂ ਇਹ ਉਮੀਦ ਰੱਖਦੇ ਹਾਂ ਕਿ ਇਹੋ ਜਿਹੀ ਸਪੋਰਟ ਮਿਲਦੀ ਰਹੇਗੀ ਔਰ ਅਸੀਂ ਅੱਛਾ ਸਿਨੇਮਾ, ਅੱਛੀ ਕਹਾਣੀਆਂ ਕਹਿੰਦੇ ਰਹਾਂਗੇ। ਥੈਂਕ ਯੂ ਸੋਨੂ ਸਰ, ਸਪੀਡ ਰੈਕਰਡਸ ਤੋਂ ਸੋਨੂ ਸਰ। ਥੈਂਕ ਯੂ ਜੀ, ਥੈਂਕ ਯੂ ਰਿਸਪੈਕਟਿਡ ਪਵਨ ਜੀ, ਪਹਿਲੇ ਤਾਂ ਬੀਜੇ, ਦੀਪ, ਜੈਕ ਭਾਅ ਜੀ, ਸ਼ਮੀ ਭਾਅ ਜੀ, ਇਹਦੇ ਭਾਅ ਜੀ ਹਰੀ ਸਾਰੇ ਸੋਲਦੇ ਆ। ਥੈਂਕ ਯੂ ਫੋਰ ਕਮਿੰਗ। ਐਂਡ ਮਿਊਜ਼ਿਕ ਵੰਡਰਫੁੱਲ, ਬੀਜੇ ਔਰ ਮੈਂ ਕਾਫੀ ਆਈ ਥਿੰਕ ਦੋ ਤਿੰਨ ਮਹੀਨੇ ਤੋਂ ਵੀ ਆਰ ਆਲ ਟੂਗੈਦਰ ਮੇਕਿੰਗ ਦ ਮਿਊਜ਼ਿਕ। ਐਂਡ ਬਹੁਤ ਬਾ ਕਮਾਲ ਆਰਟਿਸਟ ਸਾਰੇ, ਸਿੰਗਰਸ, ਮਿਊਜ਼ਿਕ, ਇਹ ਵੀ ਸਰਾਂ ਬਹੁਤ ਵਧੀਆ ਮਿਊਜ਼ਿਕ ਡਾਇਰੈਕਟਰ ਹੈ ਸਾਡੇ ਅੱਜ ਦੇ ਦੌਰ ਦਾ। ਲਿਰਿਕਸ ਬਹੁਤ ਅੱਛੇ ਅੱਛੇ ਇਹਨਾਂ ਨੇ, ਹੈਪੀ ਰਾਏ ਕੋਟੀ ਵਗੈਰਾ ਵੀਰੇ ਤੋਂ ਸਭ ਤੋਂ ਬਹੁਤ ਬਹੁਤ ਬਿਊਟੀਫੁਲੀ ਕ੍ਰੀਏਟਿਡ ਮਿਊਜ਼ਿਕ ਕੀਤਾ। ਬੀਜੇ ਦਾ ਬਹੁਤ ਥੈਂਕ ਯੂ, ਬਹੁਤ ਇਹਦਾ ਇਹਨੇ ਬਹੁਤ ਮਿਊਜ਼ਿਕਲੀ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਾਇਆ। ਔਲਰੇਡੀ ਇਹ ਪਿਛਲੇ 5-6 ਮਹੀਨੇ ਤੋਂ ਮੈਂ ਆਈ ਥਿੰਕ ਮਿਲੇ ਵੀ ਸੀ ਆਪਾਂ ਤਕਰੀਬਨ ਕੁਛ। ਇਹਦੇ ਵਿੱਚ ਇੱਕ ਗਾਣਾ ਵੀ ਹੈਗਾ ਲੈਂਬਰ ਹੁਸੈਨਪੁਰੀ ਸਾਹਿਬ ਦਾ ਹੈਗਾ, ਜੇ ਜੱਟ ਵਿਗੜ ਗਿਆ।
ਅਤੇ ਉਹਦੇ ਰਿਲੇਟਡ ਵੀ ਆਲ ਮੈਟ ਟੂਗੈਦਰ ਫੋਰ ਡੈਟ ਐਂਡ ਹੋਪਫੁਲੀ ਉਹਨੂੰ ਮੈਨੂੰ ਲੱਗਦਾ ਵਿਦ ਇਨ ਦਿਸ ਵੀਕ ਉਹ ਗਾਣਾ ਵੀ ਆ ਰਿਹਾ ਜੀ ਆਲਰੇਡੀ ਬਹੁਤ ਸੁਪਰ ਹਿੱਟ ਗਾਣਾ ਔਰ ਹੁਣ ਇਹਦੇ ਵਿੱਚ ਇਸ ਵੀਕ ਅਸੀਂ ਉਹਨੂੰ ਲਾਂਚ ਵੀ ਕਰ ਦਾਂਗੇ ਐਂਡ ਥੈਂਕ ਯੂ ਫੋਰ ਆਲ ਪਹਿਲੇ ਤਾਂ ਤੁਹਾਡਾ ਐਂਡ ਦਿਸ ਆਲ ਤੁਸੀਂ ਆਏ ਜੀ ਆਈ ਐਮ ਰੀਅਲੀ ਗ੍ਰੇਟਫੁਲ ਟੂ ਯੂ ਤੁਸੀਂ ਇਹਨੂੰ ਹੋਰ ਐਕਸਪਲੋਰ ਕਰੋ ਹੋਰ ਚੀਜ਼ ਨੂੰ ਮੂਵੀ ਨੂੰ ਔਰ ਆਪਣੇ ਹਿਸਾਬ ਨਾਲ ਤੁਸੀਂ ਇਹਨੂੰ ਰੀਕ੍ਰੀਏਟ ਕਰੋ ਅਤੇ ਐਂਡ ਥੈਂਕ ਯੂ ਜੀ ਥੈਂਕ ਯੂ ਸੋ ਮਚ ਡੈਵੀ ਸਰ ਡੈਵੀ ਭਾਜੀ ਅਤੇ ਡੈਵੀ ਭਾਜੀ ਦਾ ਥੈਂਕ ਯੂ ਰਹਿ ਗਿਆ ਮੈਂ ਨਾਮ ਹੀ ਭੁੱਲ ਗਿਆ ਮੈਨੂੰ ਐਂ ਲੱਗਣ ਲੱਗਿਆ ਮੈਂ ਭਾਈ ਮੇਰੇ ਵਰਗੇ ਜਾਂ ਨਾਲ ਹੀ ਬੈਠੇ ਮੇਰੇ ਸੋ ਭਾਜੀ ਭਾਜੀ ਦਾ ਵੀ ਯਾਰ ਥੈਂਕ ਯੂ ਮੈਂ ਇਹਨਾਂ ਦਾ ਨਾਮ ਕਿਉਂਕਿ ਇਸ ਟਾਈਮ ਦੇ ਉੱਤੇ ਐਂ ਹੁੰਦਾ ਮੈਨੂੰ ਐਕਸਾਈਟਮੈਂਟ ਬਹੁਤ ਆ ਕਿ ਸ਼ਾਮ ਨੂੰ ਟ੍ਰੇਲਰ ਆਉਣਾ ਤੁਸੀਂ ਸਾਰੇ ਦੇਖੋ ਸੋ ਡੈਵੀ ਭਾਜੀ ਪਹਿਲੇ ਬੰਦੇ ਸੀਗੇ ਜਦੋਂ ਅਸੀਂ ਇਹ ਪ੍ਰੋਜੈਕਟ ਸ਼ੁਰੂ ਕਰਨਾ ਸੀ ਨਾ ਸੋ ਹੀ ਵਾਸ ਦਾ ਫਸਟ ਵਨ ਜਿਹੜੇ ਆਏ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਕਿਹੜੀ ਫਿਲਮ ਕਰ ਰਹੇ ਹੋ ਐਂਡ ਨਾਓ ਹੀ ਇਜ਼ ਅ ਪ੍ਰੋਡਿਊਸਰ ਆਲਸੋ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਆ ਸੋ ਥੈਂਕਸ ਟੂ ਡੈਵੀ ਭਾਜੀ ਥੈਂਕ ਯੂ ਸੋ ਮਚ ਮੇਰੇ ਖਿਆਲ ਆਪਾਂ ਨੂੰ ਟ੍ਰੇਲਰ ਦੇਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਹੈ ਨਾ ਸੋ ਟ੍ਰੇਲਰ ਦੇਖੀ ਆਪਾਂ ਉਸ ਤੋਂ ਬਾਅਦ ਵਨ ਟੂ ਵਨ ਗੱਲਾਂ ਕਰਦੇ ਹਾਂ ਸੋ ਮੇਰੇ ਲਈ ਵਧੀਆ ਗੱਲ ਇਹ ਹੈ ਕਿ ਮੈਂ ਤਾਂ ਇੱਕ ਰਿਵਰਟ ਕੀਤਾ ਲਾਸਟ ਟਾਈਮ ਮੈਡਲ ਲਈ ਜੈ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਠੀਕ ਹੈ ਜੀ ਸੋ ਉਹ ਇੰਨਾ ਕੁ ਵਧੀਆ ਐਕਸਪੀਰੀਅੰਸ ਸੀਗਾ ਅਤੇ ਉਹਦੇ ਲਈ ਮੈਂ ਇਹਨਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਕੁਛ ਕਰ ਸਕਿਆ ਥੈਂਕ ਯੂ ਸੋ ਮਚ ਜੀ ਸਰ ਆਪਾਂ ਪਹਿਲਾਂ ਨੀਚੇ ਆਪਾਂ ਚੇਜ਼ ਲਗਾ ਕੇ ਆਪਾਂ ਸਾਰੇ ਟ੍ਰੇਲਰ ਦੇਖਣਾ ਬਣਦੇ ਆ ਸਾਰਿਆਂ ਦਾ ਬਣਦਾ ਹੈ ਨਾ ਸਪੋਟ ਬੈਠੋ ਬੈਠੋ ਟਿਕਟਾਂ ਦੀ ਫੋਟੋ ਵੀ ਭੇਜ ਦਿਓ ਯਾਰ ਸਾਰੇ ਜਾਣੇ ਚੰਗਾ ਅੱਛਾ ਓਕੇ ਥੈਂਕ ਯੂ ਹਾਂਜੀ ਭਾਅ ਜੀ ਬੇਸਿਕਲੀ ਬਿਨਾਂ ਮਤਲਬ ਅਤੇ ਬਿਨਾਂ ਇਮੋਸ਼ਨਸ ਤੋਂ ਕਿਸੇ 'ਤੇ ਕਿਸੇ ਜਗ੍ਹਾ ਲੜਾਈ ਵੀ ਵਧੀਆ ਨਹੀਂ ਲੱਗਦੀ ਸੋ ਇਹ ਹੌਲੀ ਸੌਲੀ ਐਕਸ਼ਨ ਫਿਲਮ ਨਹੀਂ ਹੈਗੀ ਇਹਦੀ ਪਰਸੈਪਸ਼ਨ ਵੀ ਇੱਦਾਂ ਦੀ ਨੀਗੀ ਬੇਸਿਕਲੀ ਇਹ ਫੈਮਿਲੀ ਡਰਾਮਾ ਮੂਵੀ ਆ ਜਦੋਂ ਤੁਸੀਂ ਇਹਨੂੰ ਫੈਮਿਲੀ ਨਾਲ ਇੰਜੋਏ ਕਰੋਗੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਅਤੇ ਮਹਿਸੂਸ ਹੋਣਗੀਆਂ ਜਿਹੜੀਆਂ ਤੁਸੀਂ ਆਪਣੇ ਘਰ ਦੇ ਵਿੱਚ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਜਿਹੜਾ ਰਿਸ਼ਤਾ ਉਹਦੇ ਨਾਲ ਰੱਖਦੇ ਹੋ ਉਹੀ ਰਿਸ਼ਤਾ ਤੁਹਾਨੂੰ ਇਸ ਫਿਲਮ ਦੇ ਵਿੱਚ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਹਦਾ ਮੇਨ ਫੋਕਸ ਅਸੀਂ ਇਹ ਨਹੀਂ ਰੱਖਿਆ ਗਿਆ ਸੀ ਬਹੁਤ ਐਕਸ਼ਨ ਇੱਦਾਂ ਕਰਨਾ ਹਾਂ ਹਾਲਾਤ ਇੱਦਾਂ ਦੇ ਨੇ ਉਸ ਹਾਲਾਤ ਦੇ ਵਿੱਚ ਉੱਦਾਂ ਦੀਆਂ ਚੀਜ਼ਾਂ ਜਿੱਦਾਂ ਦੀਆਂ ਚਾਹੀਦੀਆਂ ਨੇ ਉਸ ਕਰੈਕਟਰ ਨੂੰ ਉਹ ਪੂਰੀਆਂ ਅਸੀਂ ਕੋਸ਼ਿਸ਼ ਕੀਤੀ ਆ ਕਰਨ ਦੀ ਐਂਡ ਉਹਦੇ ਐਕਸਟ੍ਰੀਮ ਤੱਕ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਉਹ ਇਮੋਸ਼ਨ ਦੀ ਗੱਲ ਕੀਤੀ ਜਾਵੇ ਜੇ ਉਹ ਡੈਪਥ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਐਕਸਟ੍ਰੀਮ ਆ ਜੇ ਉਹ ਐਕਸ਼ਨ ਦੀ ਗੱਲ ਕੀਤੀ ਜਾਵੇ ਉਹ ਵੀ ਐਕਸਟ੍ਰੀਮ ਆ ਜੀ ਸਰ ਜਦੋਂ ਆਪਾਂ ਐਕਸ਼ਨ ਪਲਾਨ ਕਰਦੇ ਹਾਂ ਨਾ ਹਾਂਜੀ ਨੈਚੁਰਲੀ ਗੱਲ ਹੈ ਐਕਸ਼ਨ ਮਾਸਟਰ ਵੀ ਆਉਂਦੇ ਨੇ ਕਦੇ ਇੱਦਾਂ ਵੀ ਹੋਇਆ ਮਤਲਬ ਵੀ ਐਕਸ਼ਨ ਡਾਇਰੈਕਟਰ ਨੇ ਕੋਈ ਚੀਜ਼ ਸਮਝਾਈ ਹੈ ਤੁਸੀਂ ਕਿਹਾ ਵੀ ਨਹੀਂ ਯਾਰ ਇਹ ਜਿਹੜਾ ਐਕਸ਼ਨ ਹੈਗਾ ਕਿਸੇ ਫਿਲਮ ਨਾਲ ਕੋਰਲੇਟ ਕਰਦਾ ਉਹਨੂੰ ਆਪਾਂ ਚੇਂਜ ਕਰੀਏ ਆਪਾਂ ਭਾਅ ਜੀ ਬੇਸਿਕਲੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਉਹ ਟੀਮ ਵਰਕ ਹੁੰਦਾ ਅਤੇ ਜਦੋਂ ਕਿਸੇ ਬੰਦੇ ਦਾ ਕੋਈ ਵੀ ਆਈਡੀਆ ਹੁੰਦਾ ਕਿਉਂਕਿ ਇਹ ਦੁਨੀਆ ਬੜੀ ਛੋਟੀ ਆ ਅਤੇ ਜਿਹੜੇ ਆਈਡੀਆਜ਼ ਨੇ ਉਹ ਬਹੁਤ ਘੱਟ ਨੇ ਸੋ ਜੇ ਕਿਸੇ ਨਾਲ ਜੇ ਉਹ ਟੀਮ ਨੂੰ ਹੀ ਨਹੀਂ ਪਤਾ ਕਿ ਤੁਹਾਡਾ ਕਿਤੇ ਐਕਸ਼ਨ ਮੈਚ ਕਰ ਰਿਹਾ ਉਹਦਾ ਫਿਰ ਕਿਸੇ ਦਾ ਕਸੂਰ ਨਹੀਂ ਬਟ ਕਈ ਵਾਰੀ ਕੋਈ ਆਈਡੀਆ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਸਬਕੌਂਸ਼ੀਅਸ ਮਾਇੰਡ 'ਚ ਬੈਠਾ ਜ਼ਰੂਰ ਹੁੰਦਾ ਸੋ ਜਦੋਂ ਤੁਸੀਂ ਕੋਈ ਕੰਮ ਕਰਦੇ ਨਾ ਉਹ ਚੀਜ਼ ਦਿਖ ਜਾਂਦੀ ਆ ਤੁਹਾਡੇ ਕੰਮ ਦੇ ਵਿੱਚ ਕਿਤੇ ਨਾ ਕਿਤੇ
ਬਟ ਉਹ ਮੇਕ ਸ਼ੋਰ ਕਰੋ ਕਿ ਉਹਦੇ 'ਚ ਤੁਹਾਡਾ ਸਟਾਈਲ ਜ਼ਰੂਰ ਹੋਵੇ। ਸੋ ਕਈ ਵਾਰੀ ਪੰਮਾ ਭਾਅ ਜੀ ਨੇ ਐਕਸ਼ਨ ਕੀਤਾ ਐਂਡ ਉਹ ਉਹਨਾਂ ਕੋਲ ਰੈਫਰੈਂਸਿਸ ਹੁੰਦੇ ਨੇ, ਕਿਉਂਕਿ ਜਦੋਂ ਤੁਸੀਂ ਚੀਜ਼ ਕਰਨੀ ਆ ਉਹ ਹਮੇਸ਼ਾ ਜਦੋਂ ਐਕਟਰ ਨੂੰ ਜਾਂ ਡਾਇਰੈਕਟਰ ਨੂੰ ਜੋ ਤੁਹਾਡਾ ਵਿਜ਼ਨ ਆ ਕਈ ਵਾਰੀ ਤੁਸੀਂ ਵਰਡਸ ਦੇ ਵਿੱਚ ਐਕਸਪਲੇਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਹਦੀ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਦੇ ਹੋ ਕਿ ਮੈਂ ਇੱਦਾਂ ਸੋਚਦੇ, ਫਿਰ ਉਹਦੇ 'ਚ ਅਸੀਂ ਆਪਣਾ ਰੰਗ ਪਾ ਸਕਦੇ ਹਾਂ। ਸੋ ਇੱਦਾਂ ਬਹੁਤ ਵਾਰੀ ਹੁੰਦਾ ਪੰਮਾ ਭਾਅ ਜੀ ਕੋਈ ਇੱਦਾਂ ਚੀਜ਼ ਕਹਿੰਦੇ ਆ ਕਿ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਦੇ ਹਾਂ, ਅਤੇ ਮੈਂ ਕਹਿੰਦਾ ਭਾਅ ਜੀ ਆਪਾਂ ਇੱਦਾਂ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਮੈਡਲ 'ਚ ਸਾਡਾ ਘੋੜੇ ਵਾਲਾ ਸੀਨ ਸੀ, ਉਹ ਹੌਲੀ ਸੋਲੀ ਮਨੀਸ਼ ਸਰ ਦਾ ਆਈਡੀਆ ਸੀ। ਇਸ ਫਿਲਮ ਦੇ ਵਿੱਚ ਜਦੋਂ ਤੁਸੀਂ ਇਹਦਾ ਐਕਸ਼ਨ ਦੇਖਦੇ ਹੋ ਤਾਂ ਉਹ ਜਿਹੜੀ ਕਰੇਨ ਆਉਂਦੀ ਆ ਅੱਗੇ, ਉਹ ਹੌਲੀ ਸੋਲੀ ਟ੍ਰੇਲਰ 'ਚ ਵੀ ਦੇਖ ਰਹੇ ਹੋ ਤੁਸੀਂ, ਉਹ ਹੌਲੀ ਸੋਲੀ ਮਨੀਸ਼ ਸਰ ਦਾ ਹੀ ਆਈਡੀਆ ਸੀ। ਐਂਡ ਉਹ ਜਿਹੜਾ ਬਿਲਕੁਲ ਬੰਦਾ ਇੱਦਾਂ ਉੱਪਰ ਜਾਂਦਾ ਜਿਹੜਾ ਐਂਡ ਦੇ ਵਿੱਚ ਜਿੱਥੇ ਟ੍ਰੇਲਰ ਖਤਮ ਹੁੰਦਾ, ਉਹ ਸਾਰਾ ਮੈਂ ਸੋਚਿਆ ਸੀ ਕਿ ਐਂ ਬੰਦਾ ਇੱਦਾਂ ਉੱਤੇ ਜਾਵੇ ਤਾਂ ਵਧੀਆ ਲੱਗੂਗਾ। ਸੋ ਇਹ ਕੰਪਲੀਟ ਟੀਮ ਵਰਕ, ਇਟਸ ਨੋਟ ਸੱਟ ਤੋਂ ਬਚਾ ਰਿਹਾ ਇਸ ਵਾਰ, ਪਿਛਲੀ ਵਾਰ ਦਾ ਘੋੜਾ ਧੋਖਾ ਦੇ ਗਿਆ ਸੀ। ਨਹੀਂ ਨਹੀਂ ਘੋੜਾ ਤਾਂ ਕਦੀ ਨਹੀਂ ਧੋਖਾ ਦਿੰਦਾ, ਪਰ ਹਾਂਜੀ ਸੱਟ ਜਦੋਂ ਐਕਸ਼ਨ ਕਰਦੇ ਹਾਂ ਸੱਟ ਲੱਗਦੀ ਹੈ ਭਾਜੀ, ਅਤੇ ਉਹ ਉਹ ਤੋਂ ਉਹ ਬਚਾਅ ਨਹੀਂ ਰੱਖਿਆ ਜਾ ਸਕਦਾ। ਇਨਫੈਕਟ ਮੈਨੂੰ ਪਵਨ ਸਰ ਨੇ ਇਸ ਵਾਰੀ ਬਹੁਤ ਵਧੀਆ ਸੁਜੈਸ਼ਨਸ ਦਿੱਤੀਆਂ ਨੇ ਕਿ ਤੂੰ ਐਕਸ਼ਨ ਕਰਦਾ, ਤੇਰੇ ਕੋਲ ਪ੍ਰੀਕੋਸ਼ਨਸ ਵਧੀਆ ਹੋਣੀਆਂ ਚਾਹੀਦੀਆਂ। ਸੋ ਪਰ ਹਾਲੇ ਤੁਹਾਨੂੰ ਪਤਾ ਆਪਾਂ ਜਿੱਦਾਂ ਦੇ ਹੈਗੇ ਹਾਂ ਕਿ ਪਰ ਸੱਟ ਲੱਗੀ ਥੋੜ੍ਹੀ ਥੋੜ੍ਹੀ ਹਲਕੀ ਹਲਕੀ, ਲੱਗਣੀ ਵੀ ਜ਼ਰੂਰੀ ਆ ਕਿਉਂਕਿ ਉਹ ਨਿਸ਼ਾਨੀ ਰਹਿ ਜਾਂਦੀ ਫਿਲਮ ਦੀ। ਥੈਂਕ ਯੂ। ਹਾਂਜੀ ਰਹੇ ਉਹ ਨਹੀਂ ਹੈਗੇ ਨੇ ਆ ਰਹੇ ਆ ਰਹੇ ਆ ਰਹੇ ਆ ਰਹੇ ਹਾਂਜੀ ਹਾਂਜੀ ਜਸਟੀਫਾਈ ਕਰਦੇ ਹੋ ਕਿੱਦਾਂ ਪ੍ਰੋਜੈਕਟ ਕਰਦੇ ਹੋ ਸਰ? ਨਹੀਂ ਮੈਂ ਤਾਂ ਐਕਟਰ ਹਾਂ ਜੀ, ਅਤੇ ਜੇ ਤੁਸੀਂ ਦਲਜੀਤ ਦੇ ਨਾਲ ਪੰਜਾਬ 1984 ਦੀ ਗੱਲ ਕਰ ਰਹੇ ਹੋ ਅਤੇ ਉਹ ਸ਼ੂਟਿੰਗ ਖਤਮ ਕਰਦੇ ਹੀ 15 ਦਿਨ ਬਾਅਦ ਇਹ ਜਨਮ ਤੁਹਾਰੇ ਲਿਖ ਕੇ ਕੀਤੀ ਸੀ, ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ, ਅਤੇ ਉਹ ਦੇਖੀਏ ਅਤੇ ਉਹ ਇਕਦਮ ਵੱਖਰਾ ਕੈਰੈਕਟਰ, ਵੱਖਰੀ ਕਹਾਣੀ ਸੀ। ਬਾਅਦ ਵਿੱਚ ਫਿਰ ਗੇਲੋ ਵੀ ਕੀਤੀ, ਹੋਰ ਵੱਖਰੀ ਕਹਾਣੀ ਸੀ, ਅਤੇ ਹੁਣ ਇਹ ਜਿਹੜੀ ਫਿਲਮ ਹੈ ਮੋਹਾਲੀ ਤੱਕ ਮੈਂ ਜਿੰਨਾ ਦੇਖਿਆ, ਐਸਾ ਨਹੀਂ ਮੈਂ ਕਲੇਮ ਕਰ ਸਕਦਾ, ਮੈਂ ਪੰਜਾਬੀ ਫਿਲਮਾਂ ਬਹੁਤ ਦੇਖੀਆਂ, ਜਿਸ ਤਰ੍ਹਾਂ ਦਾ ਅਸਲੀ ਲੱਗਦੀ ਹੈ, ਜਿਸ ਤਰ੍ਹਾਂ ਦਾ ਐਕਸ਼ਨ ਹੈ, ਔਰ ਇਹ ਜਿਹੜਾ ਹੈਗਾ ਕਿ ਸਿਰਫ ਐਕਸ਼ਨ, ਇਹ ਸਵਾਲ ਜਿਹੜਾ ਪੁੱਛਿਆ ਉਹ ਡਾਇਲੋਗਸ ਤੋਂ ਪਤਾ ਚੱਲਦਾ ਕਿ ਭਾਈ ਮੈਂ ਫੈਮਿਲੀ ਵਾਸਤੇ ਲੜ ਰਿਹਾ, ਭਰਾ 25 ਸਾਲ ਜਿਹੜੀ ਰੱਖੜੀ ਬਣਵਾਈ ਹੈ ਇੰਨਾ ਤਾਂ ਕਰ ਹੀ ਸਕਣਾ ਆਪਣਾ, ਉਹ ਮੈਂ ਆਪਣੀ ਭੈਣ ਵਾਸਤੇ, ਅਤੇ ਉੱਥੋਂ ਪਤਾ ਚੱਲਦਾ ਕਿ ਇੱਕ ਫੈਮਿਲੀ ਦੀ ਸਟੋਰੀ ਹੈ। ਮੇਰੀ ਮਾਂ ਮੈਨੂੰ ਕਹਿੰਦੀ ਹੈ ਬਈ ਲੜੀ ਨਾ, ਅਤੇ ਉਹ ਇੱਕ ਪਰਿਵਾਰ ਦੀ ਕਹਾਣੀ ਹੈ ਜਿਹੜੀ ਮਜਬੂਰੀ 'ਚ ਕਿਤੇ ਫਸਦੀ ਹੈ, ਔਰ ਫਿਰ ਕਿੰਜ ਹਾਓ ਹੀ ਪ੍ਰੋਟੈਕਟਸ ਇਜ਼ ਫੈਮਿਲੀ ਐਂਡ ਸਟੈਂਡਸ ਫੋਰ ਦੈਮ, ਔਰ ਉਹਨੂੰ ਬੜੀ ਚੰਗੀ ਤਰ੍ਹਾਂ ਫਿਲਮਾਇਆ ਗਿਆ। ਮੈਂ ਤਾਂ ਮੈਂ ਵੀ ਆਪ ਤੁਹਾਡੇ ਨਾਲ ਹੀ ਅੱਜ ਪਹਿਲੀ ਵਾਰ ਟ੍ਰੇਲਰ ਵੇਖਿਆ ਜੇ, ਅਤੇ ਮੈਂ ਬਹੁਤ ਖੁਸ਼ ਹਾਂ ਕਿ ਆਈ ਐਮ ਪਾਰਟ ਆਫ ਦਿਸ ਕਾਇੰਡ ਆਫ ਥਿੰਗ, ਔਰ ਇਹੋ ਜਿਹੀ ਫਿਲਮਾਂ ਜੇ ਤੁਸੀਂ ਲੋਕਾਂ ਦੀ ਤੁਹਾਡੀ ਸਪੋਰਟ ਰਹੀ, ਲੋਕਾਂ ਤੱਕ ਤੁਸੀਂ ਇਨਫੋਰਮੇਸ਼ਨ ਪਹੁੰਚਾਓਗੇ, ਇਹ ਚੱਲਣਗੀਆਂ ਅਤੇ ਹੋਰ ਲੋਕ ਫਿਰ ਅੱਗੇ ਵੱਧ ਕੇ ਡਿਫਰੈਂਟ ਤਰ੍ਹਾਂ ਦੀ ਅੱਗੇ ਵੱਧ ਕੇ ਇਹੋ ਜਿਹੀ ਫਿਲਮਾਂ ਬਣਾਉਣਗੇ। ਦੇਖੋ ਸਲੀਕਨੈਸ ਦੇ ਹਿਸਾਬ ਨਾਲ ਤੁਹਾਨੂੰ ਭਾਵੇਂ ਹੈਦਰਾਬਾਦ ਦੀ ਕੋਈ ਫਿਲਮ ਹੋਵੇ ਅਤੇ ਭਾਵੇਂ ਬੋਂਬੇ ਦੀ ਕੋਈ ਫਿਲਮ ਹੋਵੇ ਅਤੇ ਭਾਵੇਂ ਤਾਮਿਲਨਾਡੂ ਦੀ ਕੋਈ ਹੋਵੇ, ਉਹ ਘੱਟ ਨਹੀਂ ਲੱਗ ਰਹੀ। ਬਾਕੀ ਤਾਂ ਕਿੰਨਾ ਅਸੀਂ ਫੜ ਪਾਵਾਂਗੇ ਤੁਹਾਨੂੰ ਕਹਾਣੀ ਸੁਣਾਉਂਦੇ ਵਕਤ, ਕਿੰਨਾ ਹੋਲਡ ਕਰ ਸਕਾਂਗੇ ਉਹ ਤਾਂ ਹੁਣ ਉਹ ਹੀ ਦਿਨ ਦੱਸੇਗਾ, ਪਰ ਕੋਸ਼ਿਸ਼ ਪੂਰੀ ਇਮਾਨਦਾਰੀ ਨਾਲ ਕੀਤੀ ਗਈ ਹੈ, ਅਤੇ ਬਾਕੀ ਰੱਬ 'ਤੇ ਛੱਡਣੇ ਆ, ਰੱਬ ਸਾਨੂੰ ਚੰਗਾ ਫਲ ਦੇ। ਮਾਈ ਲਾਸਟ ਕੁਐਸਚਨ ਟੂ ਦੀਪ ਸਹਿਗਲ। ਦੀਪ, ਪਹਿਲੇ ਆਮਿਰ ਖਾਨ ਨੇ ਕਿਹਾ ਸੀ ਬਾਲੀਵੁੱਡ ਦੇ ਇੱਕ ਸਟਾਰ ਨੇ ਕਿ ਜਿਹਦੇ ਜਿਹੜੀ ਵੀ ਐਕਟਰੈਸ ਨੇ ਵੀ ਇਹਨਾਂ ਨਾਲ ਅੱਜ ਤੱਕ ਕੰਮ ਕੀਤਾ ਨਾ ਉਹ ਸੁਪਰ ਸਟਾਰ ਬਣ ਗਈ,
ਅੱਜ ਰੰਧਾਵਾ ਜੀ ਨੇ ਅੱਜ ਜੈ ਰੰਧਾਵਾ ਨੇ ਕਹਿਤਾ, ਔਰ ਇਹਨਾਂ ਦੀ ਇਹ ਸਹੀ ਵੀ ਹੈ ਗੱਲ, ਬਿਕੋਜ਼ ਵੈਰੀ ਹਾਰਡ ਵਰਕਿੰਗ ਆਏ, ਵੀ ਬੀਨ ਸਿੰਗਿੰਗ ਫੋਰ ਏਜਿਸ, ਕਿੱਥੋਂ ਸਟਾਰਟ ਹੋ ਗਏ ਐਂਕਰਿੰਗ ਤੋਂ, ਐਂਡ ਯੂ ਨੋ ਵੀ ਬੀਨ ਤੋ ਉਸ ਤੋਂ ਬਾਅਦ ਇਹਨਾਂ ਨੇ ਤਿੰਨੋਂ ਫਿਲਮਾਂ ਹਿੱਟ ਦਿੱਤੀਆਂ ਆਪਣੀਆਂ ਸਟਾਰਟਿੰਗ ਤੋਂ, ਉਸੇ ਕਰਕੇ ਫਿਲਮਾਂ ਇਹਨਾਂ ਨੂੰ ਇੱਦਾਂ ਦੀਆਂ ਹੀ ਮਿਲ ਰਹੀਆਂ ਸਾਰੀਆਂ, ਅਤੇ ਹਾਊ ਹਾਊ ਆਰ ਯੂ ਫਾਈਂਡਿੰਗ ਇਟ ਐਕਚੁਲੀ, ਕਿ ਤੁਹਾਨੂੰ ਇਹਨਾਂ ਨੇ ਕਿਹਾ ਸੀ ਨਾ ਹੁਣੇ ਵੀ ਕਿ ਮੇਰੇ ਨਾਲ ਜਿੰਨੇ ਕੰਮ ਕੀਤੇ, ਚਾਹੇ ਤੁਸੀਂ ਪਿੱਛੇ ਵੀ ਕੀਤੀਆਂ ਫਿਲਮਾਂ, ਬਟ ਸਟਿਲ ਜੀ ਥੈਂਕ ਯੂ, ਪਹਿਲਾਂ ਤਾਂ ਥੈਂਕ ਯੂ ਜੇ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਕੰਪਲੀਮੈਂਟ ਦਿੱਤਾ, ਅਤੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਿਆ ਟ੍ਰੇਲਰ ਦੇ ਵਿੱਚ ਮੇਰਾ ਕੰਮ? ਵਧੀਆ ਲੱਗਿਆ, ਥੈਂਕ ਯੂ ਸੋ ਮਚ, ਸੋ ਬੜਾ ਵਧੀਆ ਫੀਲ ਹੋ ਰਿਹਾ, ਇੰਨੀ ਵਧੀਆ ਜਦੋਂ ਅਸੀਂ ਸੀਨੀਅਰ ਆਰਟਿਸਟ ਦੇ ਨਾਲ ਕੰਮ ਕਰਦੇ ਹਾਂ, ਸਕਰੀਨ ਸ਼ੇਅਰ ਕਰਦੇ ਹਾਂ, ਅਤੇ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਇੱਕ ਕਹਿ ਲਓ ਕਿ ਮੇਰਾ ਡ੍ਰੀਮ ਪੂਰਾ ਹੋ ਰਿਹਾ, ਸੋ ਮੈਂ ਜ਼ਿਆਦਾ ਕੁਛ ਐਕਸਪ੍ਰੈਸ ਨਹੀਂ ਕਰ ਪਾ ਰਹੀ, ਬਿਕੋਜ਼ ਹਲੇ ਵੀ ਮੈਂ ਉਸ ਜ਼ੋਨ 'ਚ ਹੀ ਹਾਂ ਕਿ ਮੈਂ ਹੁਣ ਪਹਿਲੀ ਵਾਰੀ ਇਹ ਟ੍ਰੇਲਰ ਦੇਖਿਆ ਇੱਥੇ ਬੈਠੇ ਬੈਠੇ, ਅਤੇ ਬਹੁਤ ਹੀ ਵਧੀਆ ਆ, ਇੱਕ ਫੈਮਿਲੀ ਦਾ ਜਿਹੜਾ ਮਾਹੌਲ ਹੁੰਦਾ ਜਾਂ ਫੈਮਿਲੀ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਅਤੇ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਡੀਲ ਕਰਦੇ ਹਾਂ, ਪੂਰੇ ਇਮੋਸ਼ਨਸ ਪਾਏ ਨੇ, ਅਤੇ ਮੈਨੂੰ ਉਮੀਦ ਹੈ ਕਿ ਇੰਨੀ ਸਾਰੀ ਅਸੀਂ ਮਿਹਨਤ ਕੀਤੀ ਹੈ ਸਾਡੀ ਟੀਮ ਨੇ, ਅਤੇ ਤੁਹਾਨੂੰ ਟ੍ਰੇਲਰ ਤਾਂ ਪਸੰਦ ਆਇਆ ਹੀ ਆਇਆ, ਅਤੇ ਪੂਰੀ ਮੂਵੀ ਵੀ ਪਸੰਦ ਆਊਗੀ 17 ਮਈ। ਥੈਂਕ ਯੂ ਸੋ ਮਚ। ਇੱਕ ਸਵਾਲ, ਇੱਕ ਗੱਲ ਕਹੀ ਗਈ ਹੈ ਕਿ ਜੈ ਦੀ ਸਾਰੀ ਫਿਲਮਾਂ ਹਿੱਟ ਹੋਈਆਂ ਹਾਲੇ ਤੱਕ, ਅਤੇ ਉਹਦੇ ਦੋ ਚੀਜ਼ਾਂ ਨੂੰ ਇਹਨੇ ਆਪਣੀ ਮਿਹਨਤ ਨਾਲ ਬਹੁਤ ਕੰਮ ਕੀਤਾ ਹੈ ਇਮਾਨਦਾਰੀ ਨਾਲ, ਪਰ ਆਡੀਅੰਸ ਦਾ ਆਸ਼ੀਰਵਾਦ ਜਿਹੜਾ ਹੈਗਾ ਨਾ, ਨਾਲ ਆਡੀਅੰਸ ਨਾਲ ਹੈਗੇ, ਹਿੱਟ ਹੋਈ ਕਰਵਾਉਂਦੇ ਨੇ ਉਹ ਆਉਂਦੇ ਨੇ, ਅਤੇ ਉਹ ਆਡੀਅੰਸ ਜਿਹੜੇ ਇਹ ਹੀਰੋ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਕੁਛ ਦਿਸਦਾ ਹੋਏਗਾ। ਜਿਵੇਂ ਮੈਨੂੰ ਸ਼ੂਟਿੰਗ 'ਤੇ ਆਉਂਦੇ ਹੀ ਐਸਾ ਨਹੀਂ ਕਿ ਅਸੀਂ ਕੋਈ ਘੰਟੋਂ ਬੈਠ ਕੇ ਗੱਲਾਂ ਕੀਤੀਆਂ, ਅਸੀਂ ਤਾਂ ਕੰਮ ਵਿੱਚ ਲੱਗੇ ਹੋਏ ਸੀ, ਪਰ ਜਿੰਨਾ ਵੀ ਮੌਕਾ ਮਿਲਿਆ ਹਿਜ ਵਾਈਬਸ ਆਰ ਵੈਰੀ ਗੁੱਡ, ਕੁਛ ਗੱਲ ਕਰਦੇ ਹੋਏ ਅੱਛਾ ਹੀ ਆਉਂਦਾ, ਅਤੇ ਮੇਰੇ ਖਿਆਲ ਨਾਲ ਆਡੀਅੰਸ ਕੈਨ ਫੀਲ ਦੈਟ, ਐਂਡ ਆਈ ਹੋਪ ਦੇ ਵਿਲ ਆਲਵੇਜ਼ ਸਪੋਰਟ ਹਿਮ, ਉਹਨਾਂ ਦਾ ਹੱਥ ਸਿਰ 'ਤੇ ਰਹੇਗਾ, ਅਤੇ ਕਾਮਯਾਬ ਹੁੰਦੇ ਰਹਾਂਗੇ। ਥੈਂਕ ਯੂ ਸੋ ਮਚ। ਥੋੜ੍ਹੀ ਗੱਲ ਕੈਨੇਡਾ ਤੋਂ ਆਏ ਗੈਸਟ ਨਾਲ ਵੀ, ਭਾਅ ਜੀ ਯੂ ਵੈਰੀ ਕਲੋਜ਼ ਟੂ ਹਾਲੀਵੁੱਡ, ਸੋ ਯੂਰ ਟਰਨਿੰਗ ਆਊਟ ਟੂ ਪੰਜਾਬ, ਹਾਊ ਡੂ ਯੂ ਫਾਈਂਡ ਪੰਜਾਬ ਕ੍ਰੇਜ਼ ਆਊਟ ਦੇਅਰ? ਐਕਚੁਲੀ ਇੱਥੋਂ ਕੈਨੇਡਾ ਮੂਵ ਤਾਂ ਹੋ ਗਏ, ਪਰ ਰੂਟਸ ਜਿਹੜੀਆਂ ਇੱਥੇ ਆਲਵੇਜ਼ ਕੁਛ ਨਾ ਕੁਛ ਜੁੜਨਾ ਚਾਹੁੰਦੇ ਸੀਗੇ ਪੰਜਾਬ ਨਾਲ ਵਾਪਿਸ, ਕਿ ਉੱਥੇ ਜਾ ਕੇ ਕੀ ਕਰ ਸਕਦੇ ਅਸੀਂ ਆਪਣੀ ਬੋਲੀ ਲਈ, ਆਪਣੇ ਪੰਜਾਬ ਲਈ। ਸੁਪਨੇ ਅਜੇ ਵੀ ਉੱਥੇ ਪਿੰਡ ਦੇ ਆਉਂਦੇ ਆ, ਗਲੀਆਂ ਦੇ ਆਉਂਦੇ ਆ। ਉਸ ਤੋਂ ਬਾਅਦ ਆਪਣੀ ਟੀਮ ਨਾਲ, ਡੈਵੀ ਨਾਲ, ਜਿੱਦਾਂ ਅਸੀਂ ਪਿਛਲੇ ਕੁਛ ਸਾਲਾਂ ਤੋਂ ਵਧੀਆ ਕੰਟੈਂਟ 'ਤੇ ਕੰਮ ਕਰਦੇ ਸੀਗੇ ਵੀ ਵਧੀਆ ਮੂਵੀ ਬਣਾਉਣੀ ਆ, ਭੀੜ 'ਚ ਨਹੀਂ ਰਲਣਾ, ਕੁਛ ਡਿਫਰੈਂਟ ਕਰਨਾ। ਫਿਰ ਜਦੋਂ ਦਲਜੀਤ ਵੀਰ, ਮੇਰਾ ਵੱਡਾ ਵੀਰ, ਰਿਸਪੈਕਟਡ, ਉੱਥੇ ਅਸੀਂ ਇਕੱਠੇ ਕੰਮ ਕਰਦੇ ਹਾਂ ਕੰਸਟਰਕਸ਼ਨ 'ਚ ਵੀ, ਡਿਵੈਲਪਮੈਂਟ ਦਾ, ਉਹ ਥਿੰ ਜਿੱਦਾਂ ਉਹਨਾਂ ਹੈਗਾ ਥਿੰਦ ਗਰੁੱਪ ਆ, ਸਾਡਾ ਹੈਗਾ ਜੈਪ ਗਰੁੱਪ, ਗਰੁੱਪ ਆਫ ਕੰਪਨੀਜ਼, ਉਹਨਾਂ ਨੇ ਜਦੋਂ ਸਟੋਰੀ ਦੱਸੀ, ਅਤੇ ਉਸ ਤੋਂ ਬਾਅਦ ਜੈ ਦੀ ਮੂਵੀ ਦੇਖੀ ਮੈਂ, ਜਿਹੜੀ ਮੈਡਲ, ਮੋਸਟਲੀ ਮੂਵੀਆਂ ਮੈਂ ਅੱਧਾ ਕੁ ਘੰਟਾ ਦੇਖਦਾ, ਪਰ ਇਹਦੀ ਮੂਵੀ ਮੈਂ ਪੂਰੀ ਦੇਖੀ, ਅਤੇ ਫਿਰ ਮੈਂ ਦਲਜੀਤ ਵੀਰ ਨੂੰ ਕਿਹਾ, ਮੈਂ ਕਿਹਾ ਵੀ ਯਾਰ ਇਹ ਬੰਦਾ ਜਿਹੜਾ ਨਾ ਵੀ ਡਾਇਰੈਕਸ਼ਨ ਅਤੇ ਮੂਵੀ ਇਹਦੇ ਨਾਲ ਕੰਮ ਕਰਨਾ। ਫਿਰ ਇੱਦਾਂ ਅਪਰਚੁਨਿਟੀ ਮਿਲੀ, ਅਤੇ ਫਿਰ ਤਾਂ ਅਸੀਂ ਜਿੱਦਾਂ ਪ੍ਰੋਜੈਕਟ 'ਤੇ ਕੰਮ ਸ਼ੁਰੂ ਕੀਤਾ, ਅਤੇ ਆਈ ਫੀਲ ਸੋ ਲੱਕੀ, ਇੰਨੀ ਸੋਹਣੀ ਟੀਮ ਆ, ਜੈ, ਫਿਰ ਪਵਨ ਭਾਅ ਜੀ ਆ, ਸਾਰਿਆਂ ਨੇ ਜਿੱਦਾਂ ਬਹੁਤ ਮਿਹਨਤ ਦਾ ਕੰਮ ਕੀਤਾ, ਅਤੇ ਮੈਨੂੰ ਲੱਗਦਾ ਬਹੁਤ ਸੋਹਣਾ ਪ੍ਰੋਡਕਟ ਬਣਿਆ, ਅਤੇ ਮੈਨੂੰ ਲੱਗਦਾ ਵੀ ਸੁਪਰ ਹਿੱਟ ਹੋਊਗੀ ਮੂਵੀ ਫੋਰ ਸ਼ੋਰ। ਇਹਦਾ ਵੀ ਤੁਸੀਂ ਕੁਛ ਕਹਿਣਾ?
ਹਾਂਜੀ, ਮੈਂ ਇਹ ਕਹਿਣਾ ਕਿ ਮੇਰਾ ਵੀ ਇਹ ਡ੍ਰੀਮ ਪੂਰਾ ਹੋਇਆ, ਸਾਡੀ ਪਹਿਲੀ ਫਿਲਮ ਆ ਜੈਬ ਸਟੂਡੀਓਜ਼ ਦੇ ਵਿੱਚ, ਔਰ ਇਸ ਤੋਂ ਜ਼ਿਆਦਾ ਸੋਹਣੀ ਮੂਵੀ ਨਹੀਂ ਬਣ ਸਕਦੀ ਸੀ, ਪਹਿਲੀ ਮੂਵੀ ਔਰ ਇਸ ਤਰ੍ਹਾਂ ਦੀ, ਵਾਟ ਅ ਸਟਾਰਟ। ਮੈਨੂੰ ਲੱਗਦਾ ਕਿ ਫਿਲਮ ਤਾਂ ਸੁਪਰ ਡੁਪਰ ਹਿੱਟ ਆ, ਅਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਸੀ ਕਿ ਇੱਕ ਪਹਿਲਾਂ ਮੈਂ ਇਹ ਕਹੂੰਗੀ ਕਿ ਜਦੋਂ ਜੈ ਔਰ ਮਨੀਸ਼ ਭੱਟ ਜੀ ਨੇ ਸਕਰੀਨ ਦੇ ਉੱਤੇ ਦਿਖਾਉਣਾ ਆ ਨਾ ਇਕੱਠਿਆਂ ਨੇ, ਉਹਨਾਂ ਨੇ ਮੈਜਿਕ ਹੀ ਕਰਨਾ, ਅਤੇ ਇਸ ਵਾਰੀ ਮੈਜਿਕ ਦਿਖਣਾ ਆ ਫਿਰ ਦੁਬਾਰਾ। ਪਹਿਲਾਂ ਵੀ ਬਹੁਤ ਸੋਹਣਾ ਕੀਤਾ, ਪਰ ਇਹ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਆ। ਔਰ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਲੱਗਦਾ, ਹੁਣ ਤਾਂ ਸਾਰਿਆਂ ਨੂੰ ਹੀ ਲੱਗਦਾ, ਟ੍ਰੇਲਰ ਦੇਖ ਲਿਆ ਸਾਰਿਆਂ ਨੇ, ਫਿਲਮ ਤਾਂ ਸੁਪਰ ਡੁਪਰ ਹਿੱਟ ਆ ਔਰ ਸਾਰੇ ਦੇਖਣਗੇ, ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇੰਨੀ ਸੋਹਣੀ ਫਿਲਮ ਬਣਾਉਣ ਲਈ, ਅਤੇ ਥੈਂਕ ਯੂ। ਅੰਮ੍ਰਿਤਪਾਲ ਭਾਜੀ, ਅੰਮ੍ਰਿਤ ਭਾਜੀ, ਥੈਂਕ ਯੂ ਭਾਜੀ, ਬਸ ਥੈਂਕ ਯੂ। ਮੈਂ ਕਹਿ ਰਿਹਾ ਸੀ ਮਾਈਕ ਉਹਨਾਂ ਦੇ। ਡੈਵੀ ਭਾਜੀ, ਮੈਂ ਸਿਰਫ ਇੰਨੇ ਕਹੂੰਗਾ, ਇੱਥੇ ਇੱਕ ਤਾਂ ਡੈਵੀ ਸਿੰਘ ਐਜ਼ ਏ ਮਿਊਜ਼ਿਕ ਡਾਇਰੈਕਟਰ ਨਹੀਂ ਹੈ ਅਤੇ ਐਕਟਰ ਨਹੀਂ ਹੈ, ਅਤੇ ਇੱਥੇ ਜੈਬ ਸਟੂਡੀਓਜ਼ ਵੱਲੋਂ ਮੈਂ ਹੈਗਾ, ਇੱਥੇ ਸ਼ਾਮਿਲ ਹਾਂ। ਅਤੇ ਅਸੀਂ ਲੱਕੀ ਹਾਂ ਕਿ ਸਾਨੂੰ ਜਿਹੜਾ ਐਕਟਰ ਹੈ ਸਾਡਾ ਉਹ ਜੈ ਰੰਧਾਵਾ ਹੈ, ਅਤੇ ਮੈਂ ਕਿਉਂਕਿ ਇੰਡਸਟਰੀ ਦਾ ਪਾਰਟ ਹਾਂ, 35-37 ਸਾਲ ਤੋਂ ਮੈਂ ਇਸੇ ਲਾਈਨ 'ਚ ਹਾਂ, ਅਤੇ ਹਰ ਇੱਕ ਪ੍ਰੋਡਿਊਸਰ ਨੂੰ ਇਸ ਤਰ੍ਹਾਂ ਦਾ ਐਕਟਰ ਮਿਲਣਾ ਚਾਹੀਦਾ, ਕਿਉਂਕਿ ਬਾਕੀ ਸਾਰੀ ਟਾਈਮ ਜਿਹੜੀ ਟੀਮ ਹੈਗੀ ਹੈ ਬਿਲਕੁਲ ਫਰੀ ਹੈ, ਸਾਰਾ ਜਿੰਮ ਆ ਜਿਹੜਾ ਜਿੰਨਾ ਕੁ ਚੱਕਿਆ ਹੋਇਆ ਉਹ ਇਸ ਬੰਦੇ ਨੇ ਚੱਕਿਆ ਹੋਇਆ, ਕ੍ਰੀਏਟਿਵ ਸਾਈਡ 'ਤੇ ਵੀ ਸਾਰਾ। ਹੁਣ ਵੀ ਇਹਦੇ ਬੈਠੇ ਦੇ ਵੀ ਪਲੈਨਿੰਗ ਇਹ ਚੱਲ ਰਹੀ ਹੋਣੀ ਦਿਮਾਗ 'ਚ ਕਿ ਮੈਂ ਅੱਗੇ ਕੀ ਕਰਨਾ, ਅਗਲੇ 15 ਦਿਨ ਦਾ ਮੇਰਾ ਸ਼ਡਿਊਲ ਕੀ ਆ। ਸੋ ਮੈਂ ਇੰਨੀ ਕੁ ਰਿਕੁਐਸਟ ਹੈ ਬਾਕੀ ਸਾਰੀ ਇੰਡਸਟਰੀ ਨੂੰ, ਸਾਡੇ ਮੇਰੇ ਦੋਸਤ ਮਿੱਤਰ ਹੀ ਨੇ, ਕਿ ਜਦੋਂ ਅਸੀਂ ਕੋਈ ਵੀ ਪ੍ਰੋਜੈਕਟ ਕਰਦੇ ਹਾਂ ਤਾਂ ਇੰਨੀ ਸ਼ਿੱਦਤ ਨਾਲ ਸਾਨੂੰ ਕਰਨਾ ਚਾਹੀਦਾ। ਸੋ ਮੈਨੂੰ ਨਹੀਂ ਪਤਾ ਕਿ ਰਿਜ਼ਲਟ ਕਿਸ ਤਰ੍ਹਾਂ ਦਾ ਵਧੀਆ ਆਉਣਾ ਸਾਰਾ ਕੁਛ, ਪਰ ਮਿਹਨਤ 1000% ਮੈਂ, ਅਸੀਂ ਫੁੱਲੀ ਸੈਟਿਸਫਾਈਡ ਹਾਂ ਜੈ ਤੋਂ ਔਰ ਬਾਕੀ ਸਾਰੀ ਟੀਮ ਤੋਂ। ਸੋ ਸਾਡੇ ਬਾਕੀ ਦੇ ਵੀ ਆਰਟਿਸਟਾਂ ਨੂੰ ਸੇਮ ਇਸੇ ਤਰ੍ਹਾਂ ਕੰਮ ਕਰਨਾ ਚਾਹੀਦਾ, ਇਹ ਮੇਰੀ ਬੇਨਤੀ ਹੈ, ਰਿਕੁਐਸਟ ਹੈ। ਥੈਂਕ ਯੂ। ਮੈਂ ਭੁੱਲ ਗਈ ਦੀਪ, ਦੀਪ ਨੂੰ ਗੁੱਡ ਲੱਕ ਆ, ਕਿਉਂਕਿ ਪਹਿਲੀ ਮੂਵੀ ਹੈ ਦੀਪ ਦੀ, ਜਿਸ ਤਰ੍ਹਾਂ ਸਾਡੇ ਪ੍ਰੋਡਕਸ਼ਨ ਹਾਊਸ ਜੈਬ ਸਟੂਡੀਓਜ਼ ਦੀ ਪਹਿਲੀ ਮੂਵੀ ਆ, ਆਲ ਦਾ ਵੈਰੀ ਬੈਸਟ ਈਅਰ। ਟ੍ਰੇਲਰ ਮੈਨੂੰ ਤਾਂ ਬਹੁਤ ਵਾਰੀ ਬਹੁਤ ਵਧੀਆ ਲੱਗਿਆ ਜੀ, ਮੈਂ ਤਾਂ ਪਹਿਲਾਂ ਵੀ ਦੇਖ ਲਿਆ ਸੀ ਖੈਰ। ਟ੍ਰੇਲਰ ਕੀ ਮੈਂ ਮੂਵੀ ਦੇਖੀ ਹੈ, ਮੈਂ ਤੁਹਾਨੂੰ ਸਹੀ ਦੱਸਾਂ ਤਾਂ ਪਹਿਲੀ ਗੱਲ ਤਾਂ ਇਹ ਮੂਵੀ ਮੈਂ 4 ਵਾਰੀ ਦੇਖ ਚੁੱਕੇ ਹਾਂ, ਅਤੇ ਹਰ ਵਾਰੀ ਐਂ ਹੁੰਦਾ ਕਿ ਐਕਸ਼ਨ ਲਈ ਨਾ ਮੈਨੂੰ ਐਂ ਹੁੰਦਾ ਯਾਰ ਅਗਲਾ ਐਕਸ਼ਨ ਆਵੇ, ਐਕਸ਼ਨ ਆਵੇ, ਮੈਂ ਹੋਰ ਐਕਸ਼ਨ ਦੇਖਦਾ ਇਹਦਾ, ਇੰਨੀ ਜ਼ਿਆਦਾ ਵਧੀਆ ਲੱਗੀ ਹੈ ਮੂਵੀ ਮੈਨੂੰ। ਅਤੇ ਸਭ ਨੂੰ ਫਟੇ ਚੱਕਦਾਂਗੇ ਆਪਾਂ 17 ਮਈ ਨੂੰ ਸਾਰੇ ਥੀਏਟਰਾਂ 'ਚ, ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।